ਸਤ ਸ੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀਆਂ ਖਬਰਾਂ ਜਿਹੜੀਆਂ ਨੇ ਉਹਦੇ ਵਿੱਚ ਪਹਿਲੀ ਖਬਰ ਵੱਡੀ ਖਬਰ ਬਣਾਵਾਂਗੇ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜਾ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਚੋਣ ਮਨੋਰਥ ਪੱਤਰ ਉਹਦੇ ਵਿੱਚ ਉਹਨੇ 5 ਨਿਆਂ ਤੇ 25 ਗਰੰਟੀਆਂ ਦੀ ਗੱਲ ਕੀਤੀ ਹੈ ਕੋਈ ਛੱਡਿਆ ਹੀ ਨਹੀਂ ਕਿਸਾਨ ਮਜ਼ਦੂਰ ਗਰੀਬ ਔਰਤਾਂ ਸਭ ਨੂੰ ਕੁਛ ਨਾ ਕੁਛ ਦਿੱਤਾ ਹੈ ਕਿਸਾਨਾਂ ਦੀ MSP ਦੀ ਗਰੰਟੀ ਦਿੱਤੀ ਹੈ ਔਰਤਾਂ ਲਈ 1,00,000 ਰੁਪਇਆ ਦੇਣ ਦਾ ਵਾਅਦਾ ਕੀਤਾ ਹੈ ਸਾਰੇ ਵਾਅਦੇ ਜਾਂ ਚੋਣ ਮਨੋਰਥ ਪੱਤਰ ਬਾਰੇ ਗੱਲ ਕਰਾਂਗੇ ਤੇ ਮੋਦੀ ਸਾਹਿਬ ਫਿਰ ਕੀ ਕਹਿੰਦੇ ਨੇ ਉਹ ਵੀ ਗੱਲ ਕਰਾਂਗੇ ਤੇ ਨਾਲ ਬੜੀ ਸ਼ਰਮਸ਼ਾਰ ਘਟਨਾ ਜਿਹੜੀ ਵਾਪਰੀ ਹੈ ਪੰਜਾਬ ਦੇ ਵਿੱਚ ਬਲਟੋਹਾ ਦੇ ਵਿੱਚ ਉਸ ਦੀ ਗੱਲ ਕਰਨੀ ਬਣਦੀ ਹੈ ਦੇਖੋ ਮਸਲਾ ਭਾਵੇਂ ਉਹਨਾਂ ਦਾ ਘਰੇਲੂ ਸੀ ਕੋਈ ਪ੍ਰੇਮ ਵਿਆਹ ਦਾ ਮਸਲਾ ਸੀ ਪਰ ਜਿਸ ਤਰੀਕੇ ਨਾਲ ਔਰਤ ਨੂੰ ਨਿਰਵਸਤਰ ਕਰਕੇ ਉਸ ਨੂੰ ਘੁਮਾਇਆ ਗਿਆ ਔਰ ਗੱਲ ਪੁਲਿਸ ਤੇ ਉੱਠਦੀ ਹੈ 31 ਮਾਰਚ ਦੀ ਗੱਲ ਸੀ ਤੇ ਕੇਸ ਜਾ ਕੇ ਦਰਜ ਹੁੰਦਾ ਹੈ 2 ਅਪ੍ਰੈਲ ਨੂੰ ਇਹ ਸਾਰੀ ਗੱਲਬਾਤ ਕਰਨੀ ਹੈ ਵੀਡੀਓ ਵਾਇਰਲ ਹੋਈ ਹੈ ਪੰਜਾਬ ਦੀ ਬਦਨਾਮੀ ਹੋ ਰਹੀ ਹੈ ਇਹ ਧਰਤੀ ਤੇ ਹੁਣ ਬਾਬਾ ਨਾਨਕ ਨੂੰ ਜਿਹੜੇ ਯਾਦ ਕਰਦੇ ਨੇ ਔਰ ਹੈ ਵੀ ਬਲਟੋਹਾ ਦੀ ਜਿੱਥੇ ਜਿਹੜੇ ਵੱਡੇ ਪੱਧਰ ਤੇ ਲੋਕ ਨਾਮ ਲੇਵਾ ਰਹਿੰਦੇ ਨੇ ਉੱਥੇ ਇਸ ਤਰ੍ਹਾਂ ਦੀ ਘਟਨਾ ਕਿਵੇਂ ਵਾਪਰ ਗਈ ਇਹ ਵੀ ਗੱਲ ਕਰਾਂਗੇ ਕੱਲ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਸਰਕਾਰ ਵੱਲੋਂ ਆਏ ਵਾਰ ਹੁੰਦਾ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਹੁਣ ਉਸ ਵੇਲੇ ਇੱਕ ਰਿਐਕਸ਼ਨ ਜ਼ਰੂਰ ਆਇਆ ਸੀ ਮੈਨੂੰ ਵੀ ਫੋਨ ਆਇਆ ਸੀ ਕਿ ਇਹ ਕੀ ਤਰੀਕਾ ਹੈ ਜੇ ਸਾਰੇ ਹਥਿਆਰ ਰਖਾ ਲਓਗੇ ਤੁਸੀਂ ਤੇ ਫਿਰ ਲੋਕਾਂ ਦੇ ਜਿਹੜਾ ਹੈ ਜਿਹੜੀ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੋਏਗੀ ਕ੍ਰਾਈਮ ਵਧੇਗਾ ਖੈਰ ਇਹ ਪੰਜਾਬ ਪੁਲਿਸ ਕਰ ਰਹੀ ਹੈ ਚੋਣ ਕਮਿਸ਼ਨ ਨੇ ਇਹਦਾ ਖਿਆਲ ਰੱਖਿਆ ਤੇ ਚੋਣ ਕਮਿਸ਼ਨ ਨੇ ਹੁਣ ਕਿਹਾ ਕਿ ਜੋ ਤਰੀਕਾ ਅਸੀਂ ਕਿਹਾ ਸੀ ਸਾਰੇ ਹਥਿਆਰ ਜਮ੍ਹਾਂ ਕਰਾਉਣ ਲਈ ਨਹੀਂ ਅਸੀਂ ਕਿਹਾ ਸੀ ਤੁਹਾਨੂੰ ਉਹਦੀ ਵੀ ਗੱਲ ਕਰਾਂਗੇ ਤੇ ਨਾਲ ਫਿਰ ਲਗਾਤਾਰ ਵੱਧ ਰਿਹਾ ਜਿਹੜਾ ਕਿਸਾਨਾਂ ਦਾ ਵਿਰੋਧ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੁਸ਼ਯੰਤ ਚੌਟਾਲਾ ਨੂੰ ਤਾਂ ਕਾਰ ਨਹੀਂ ਚੱਕਣ ਦਿੱਤੀ ਪੈਦਲ ਜਾਣਾ ਪਿਆ ਉਸਨੂੰ ਹੋਰ ਕਿਸੇ ਦੀ ਗੱਡੀ ਚ ਬੈਠ ਕੇ ਪਿੰਡ ਚ ਵੜਿਆ ਹਰਿਆਣਾ ਦੇ ਨਾਢਾ ਦੇ ਵਿੱਚ ਔਰ ਇਹ ਹੰਸਰਾਜ ਹੰਸ ਉਸ ਤਰ੍ਹਾਂ ਦਾ ਵਿਰੋਧ ਨਹੀਂ ਪਰ ਇਹ ਜ਼ਰੂਰ ਹੈ ਕਿ ਕਾਲੀਆਂ ਝੰਡੀਆਂ ਕੱਲ੍ਹ ਵੀ ਦਿਖਾਈਆਂ ਗਈਆਂ ਔਰ ਜਿਹੜੀ ਕਿਸਾਨਾਂ ਦਾ ਵਿਰੋਧ ਥਾਂ ਥਾਂ ਤੇ ਵੱਧ ਰਿਹਾ ਇਹਦੀ ਵੀ ਗੱਲ ਆਪਾਂ ਕਰਨੀ ਹੈ ਸੰਜੇ ਸਿੰਘ ਆ ਕੇ ਪੂਰਾ ਲਲਕਾਰ ਰਿਹਾ ਔਰ ਜਦੋਂ ਸੰਜੇ ਸਿੰਘ ਆਇਆ ਸੀ ਉਦੋਂ ਨਾਅਰੇ ਲੱਗੇ ਸੀ ਸ਼ੇਰ ਆਇਆ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਕਰ ਰਿਹਾ ਉਹਨੇ ਸ਼ਰਾਬ ਘਟਾਲਾ ਕਹਿੰਦਾ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ ਕਿਵੇਂ ਸਾਜਿਸ਼ ਰਚੀ ਕੱਲ੍ਹ ਉਸਨੇ ਇੱਕ ਪ੍ਰੈਸ ਕਾਨਫਰੰਸ ਦੱਸੀ ਤੇ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਵੀ ਬੜੇ ਸਰਗਰਮ ਨੇ ਔਰ ਕੱਲ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦੇ ਜਿਹੜੇ MLA ਸਾਹਿਬਾਨ ਜਾਂ ਹੋਰ ਬਹੁਤ ਵਾਰ ਉਹਨਾਂ ਦੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਗੱਲ ਕਰਨੀ ਬਣਦੀ ਹੈ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਟਾਰਗੇਟ ਕਿਲਿੰਗ ਹੋ ਰਹੀਆਂ ਨੇ ਬ੍ਰਿਟਿਸ਼ ਅਖਬਾਰ ਇੱਕ ਕਹਿੰਦਾ ਹੈ ਇਹ ਭਾਰਤ ਕਰਾਰ ਹੈ ਜਿਵੇਂ ਕਿ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਪੰਨੂ ਤੇ ਹਮਲੇ ਦੀ ਗੱਲ ਆਈ ਸੀ ਤੇ ਇਹ ਵੀ ਗੱਲ ਕਰਨੀ ਹੈ ਤੇ ਜਿਹੜੇ ਸੂਏ ਚ ਡੁੱਬਣ ਨਾਲ ਦੋ ਭਰਾਵਾਂ ਦੀ ਮੌਤ ਹੋਈ ਹੈ ਕੱਲ ਲੇਕਿਨ ਮੈਂ ਜਿਹੜੀ ਗੱਲ ਕਹਿੰਦਾ ਕਿ ਮੌਸਮ ਗਰਮੀ ਦਾ ਆ ਰਿਹਾ ਹੈ ਪਾਣੀ ਪੰਜਾਬੀਆਂ ਨੂੰ ਬਹੁਤ ਖਿੱਚਦਾ ਹੈ ਇੱਥੇ ਬਚਣ ਦੀ ਲੋੜ ਹੈ ਬਹੁਤ ਘਟਨਾਵਾਂ ਹੁੰਦੀਆਂ ਨੇ ਖਾਸ ਤੌਰ ਤੇ ਕੈਨੇਡਾ ਅਮਰੀਕਾ ਜਿੱਥੇ ਝੀਲਾਂ ਚ ਜਾਂਦੇ ਨੇ ਬੱਚੇ ਤੇ ਪਤਾ ਹੀ ਨਹੀਂ ਲੱਗਦਾ ਉਹ ਜਿਹੜਾ ਹੈ ਇੰਜੋਏਮੈਂਟ ਕਦੋਂ ਦੁਕਾਨ ਚ ਬਦਲ ਜਾਂਦੀ ਹੈ ਇਹ ਵੀ ਰੀਲ ਬਣਾਉਣ ਦੇ ਚੱਕਰ ਚ ਮਾਰੇ ਗਏ ਤੇ ਖਬਰ ਇੱਕ ਆਪਾਂ ਲੈਣੀ ਹੈ ਕਿ ਬੜਾ ਦੁੱਖ ਹੋਇਆ ਅੱਜ ਸਵੇਰੇ ਜਦੋਂ ਉੱਠਣ ਸਾਰ ਖਬਰਾਂ ਪੜ੍ਹੀਆਂ ਔਰ ਸੁਣੀਆਂ ਤੇ ਪਤਾ ਲੱਗਿਆ ਸੜਕ ਹਾਦਸਿਆਂ ਚ ਇੰਨੇ ਲੋਕ ਮਾਰੇ ਗਏ ਔਰ ਮਾਰੇ ਵੀ ਜਿਹੜੇ ਗਏ ਸਵੇਰ ਦੇ ਹਾਦਸੇ ਚ ਤਾਂ ਇੱਕ ਪੁਲਿਸ ਅਫਸਰ ਮਾਰਿਆ ਗਿਆ ਔਰ ACP ਲੁਧਿਆਣਾ ਸੰਦੀਪ ਸਿੰਘ ਨਾਲ ਉਹਦਾ ਗੰਨਮੈਨ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਜਿਹੜੇ 5 ਬੰਦੇ ਮਾਰੇ ਗਏ ਨੇ ਛੋਟਾ ਹਾਥੀ ਦੇ ਟਾਲੇ ਦੀ ਟੱਕਰ ਦੇ ਵਿੱਚ ਇਸ ਤੋਂ ਇਲਾਵਾ ਵੀ 2-3 ਘਟਨਾਵਾਂ ਚ ਮੌਤਾਂ ਹੋਈਆਂ ਨੇ
सड़क हादसे लगातार बढ़ रहे ने। ये मैं कहना है जो कहने खुन्नी सड़क उस तरह की गल बनती है, ये भी आप गल करनी है। लेकिन पहला कांग्रेस पार्टी की गल कर लिए जी, उन्होंने अपना मैनीफेस्टो जारी किया जिक्र करना पड़ता है। हालांकि मैनीफेस्टो का कोई इस करके मतलब नहीं कि सरकार वोटा लैण लिए कुछ ना कुछ कह दिया रहा ने, उसकी कोई लीगल गरंटी तो होंगी नहीं। जरा कहता भी असं आ करांगे तो उस बाद की करते ने, हम आप देखिए तो मोदी साहब तो शब्दों के जोड़े जादूगर ने लगातार हूँ इन्होंने मतलब मैं तो ये हैरानी है वैसे जो मोदी साहब के जुमले बड़े कमाल के होंगे ने, मतलब सभी गरंटी है मोदी की, सभी गरंटी है पूरी होगी, ये मोदी की गरंटी है। मतलब 2 करोड़ कितने है ये भी दस दो, भी तो थोड़ी गरंटी सी मोदी साहब, मतलब पुछदा कौन, पुछ सकते ही नहीं, कोई बोल सकते ही नहीं। लेकिन उन्होंने जो कुछ बोलिया वो तो आप कहते असं ये नहीं करना जो कांग्रेस ने किया, संकल्प पत्र लेके आवेंगे, संकल्प करांगे। मतलब मैनू नहीं गल समझ आई कि चोन मनोरथ पत्र, घोषणा पत्र या संकल्प पत्र च फर्क की होंगे। हाँ फर्क यही है भी कोई पूरा करता कोई नहीं करता। वैसे कांग्रेस ने छड़िया कोई नहीं, सब नू एड्रेस किया, किसानों, नौजवानों, मजदूरों, गरीबों, औरतों। जे आप इन्हां दे जिहड़े खास खास पॉइंट देख लीए उन्हां चों कहते जी एम एस पी की जिहड़ी है गरंटी देवांगे, कानूनी गरंटी जिहड़ी लगातार मंग रहे ने किसान। फिर कहते राखवाकरण जिहड़ा है उन्हूं 50% की हद हटाई जाएगी, उहदे च रिजर्वेशन अनलिमिटेड, जाति आधारित जनगणना की गल की गई है। फिर कहते जी कौमी राजधानियां है जी एन सी आर है वह सरकार का जो एक्ट है 1991 का वह संशोधन करांगे। जम्मू कश्मीर नूं पूरा वाद जरा दर्जा देना है, जिहड़ियां नौकरियां 30 लाख खाली पईआं ने वह असामियां सारियां भरांगे। ते नाल उन्होंने कहा ईवीएम नाल चाहे वोटा पैणगियां लेकिन वीवीपैट पर्चियां का मिलान सारिया वोटा नाल होगा। जे मजदूरों लई की कहा मनरेगा तहत दिहाड़ी जिहड़ी है वह 400 रुपए करांगे, जानी कोई उन्होंने नहीं छड्डिया। सारा मीडिया बारे भी गल की है, कहते इन्होंने मीडिया की आजादी खोली, असी मीडिया की आजादी जिहड़ी है बहाल करनी है, ये भी उन्होंने जिहड़ा है इहदे च जिक्र किया। मैं देख रहा सी 25 गरंटियां लगभग सारिया जिहड़ियां गल्लां आपां करदे आ उह इहदे च कवर कीतियां ने कांग्रेस पार्टी ने। ते जदों पुछया गया भाई थोड़ा प्रधानमंत्री कौन होगा, ये तो तुसीं कर लिया, ते उह कहदे प्रधानमंत्री राहुल गांधी, कहदा कोई गल नहीं जितिए सही, बड़ी औखी चोण है, बड़ा कंपीटिशन है साडा इस बार, लेकिन जदों असी जित गए तो असी फैसला बाद च करूंगा। इंडिया गठजोड़ ये उन्होंने कहा पहला साडा कम जितन दा है। वैसे कहते सानू पूरा है कि इन्हां दी 2004 दी इंडिया शाइनिंग वाला जदों इन्होंने नारा दिता सी भारतीय जनता पार्टी ने, जिवें उदों हार हुई सी इस बार भी हार होनी है। खैर ये गल्लां तां एक दूजे दे करदे हुंदे ने, आपां इहदे ज्यादा वक्त नहीं लैणा। गल यह है जो मैं नट शैल च कहा तो लगातार थोड़ा गल चलूगी कि 25 गरंटियां कि औरतों न्याय की गल, किसानों न्याय की गल, सारिया गल डिटेल च करते रहेंगे। लेकिन इन्नी गल आप कह सकते हैं कि इन्होंने कोई भी जो पार्ट नहीं छड़िया जिहड़ा जिन्होंने एड्रैस ना किया, सारिया वोटर इन्होंने इंडिया के वोटर एड्रैस किया। और जरा इस मुकाबले के कांग्रेस ने कह नहीं सी ये कुछ नहीं निकलता, झूठता पलंदा जी, ये जिहड़ा है फोटो जिहड़ियां इधर उधर करके लाइया ने, कल उन्हां दा एक नवें दा कह रहा सी। पर मैं गल मोदी साहब की जरूर कर लैना, जो जयपुर के बड़ा लच्छेदार भाषण वह दे रहे सी, कहते जदों आपां कितें खाण जांदे ना ब्याह शादी के शुरू च जिहड़े स्टार्टर आउंदे ने बड़े जिहड़े है असीं खाने स्वाद नाल, ये तो साढ़े 10 साल स्टार्टर सी, ये तो झलक सी, ये तो ट्रेलर सी, कम तो हले असी हूँ करना है जदों इस सरकार चाहवे।
ਤੇ ਉਦੋਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਹਲੇ ਬਹੁਤ ਕੁਝ ਕਰਨਾ ਹੈ, ਸਾਡੀ ਨੀਅਤ ਸਾਫ਼ ਹੈ। ਜਦੋਂ ਨੀਅਤ ਸਾਫ਼ ਹੋਣ, ਇਰਾਦੇ ਠੀਕ ਹੋਣ ਤਾਂ ਨਤੀਜੇ ਵੀ ਸਹੀ ਹੁੰਦੇ ਨੇ। ਮੋਦੀ ਸਾਹਿਬ, ਤੁਹਾਡਾ ਕੋਈ ਜਵਾਬ ਨਹੀਂ, ਤੁਹਾਡੇ ਭਾਸ਼ਣਾਂ ਦਾ ਕੋਈ ਜਵਾਬ ਨਹੀਂ, ਲੇਕਿਨ ਕੰਮ ਬਾਰੇ ਬੜੇ ਸਵਾਲ ਉੱਠ ਸਕਦੇ ਨੇ। ਬੜਾ ਕਿਹਾ ਸੀ 15 ਲੱਖ ਬਾਅਦ ਚ ਜੁਮਲਾ ਹੋ ਗਿਆ, ਆ ਹੁਣ ਕਿਹਾ ਕਿ ਜੋ ਈਡੀ ਜ਼ਬਤ ਕਰੂ ਉਹ ਗਰੀਬਾਂ ਨੂੰ ਦੇਵਾਂਗੇ। ਉਹਦੇ ਬਾਰੇ ਹੁਣ ਗਰੀਬਾਂ ਨੂੰ ਸਮਝ ਆ ਗਿਆ ਵੀ ਇਹ ਵੀ ਜੋਬੜਾ ਹੀ ਲੱਗਦਾ। ਆ ਹੁਣ ਜਿਹੜਾ ਤੁਸੀਂ ਕਹਿੰਦੇ ਸੰਕਲਪ ਪੱਤਰ ਦੇਵਾਂਗੇ, ਇਹਦੇ ਉੱਤੇ ਵੀ ਲੋਕ ਸਵਾਲ ਕਰਦੇ ਨੇ। ਮੋਦੀ ਸਾਹਿਬ ਦੇ ਹੋਰ ਵੀ ਜਵਾਬ ਨੀ, ਉਹ ਭਾਸ਼ਣ ਕਰਦੇ ਕਰਦੇ ਕਿਵੇਂ ਗੱਲ ਨੂੰ ਡਾਇਵਰਟ ਕਰ ਦਿੰਦੇ ਨੇ। ਕਿਉਂਕਿ ਹੁਣ ਤੁਸੀਂ ਦੇਖੋ ਬਿਹਾਰੀ ਜਿਹੜੇ ਨੇ ਨਾ, ਉਹ ਨੌਕਰੀਆਂ ਨੂੰ ਬਹੁਤ ਪੈਂਦੇ ਨੇ। IAS ਦੇ ਵਿੱਚ ਸਭ ਤੋਂ ਜ਼ਿਆਦਾ ਬਿਹਾਰੀ ਆਉਂਦੇ ਨੇ, ਹਿੰਦੀ ਮਾਧਿਅਮ ਰਾਹੀਂ ਆਉਂਦੇ ਨੇ। ਰੇਲਵੇ ਚ ਬਹੁਤ ਉਹਨਾਂ ਦਾ ਹੈ, ਜਿਵੇਂ ਹਰਿਆਣਾ ਵਾਲਾ ਦਾ ਅਗਨੀਵੀਰ ਦੇ ਵਿੱਚ ਹੈ। ਤੇ ਇਹਨਾਂ ਨੇ ਅਗਨੀਵੀਰ ਦੀ ਵੀ ਗੱਲ ਕੀਤੀ ਹੈ ਵੀ ਅਗਨੀਵੀਰ ਅਸੀਂ ਬੰਦ ਕਰ ਦਾਂਗੇ, ਰਾਹੁਲ ਗਾਂਧੀ ਜਾਂ ਇੰਡੀਆ ਗਠਜੋੜ ਦੇ। ਇਸ ਇਹ ਬਹੁਤ ਵੱਡਾ ਇਸ਼ੂ ਹੈ ਅਗਨੀਵੀਰ, ਕਿਉਂਕਿ ਰੈਗੂਲਰ ਤਾਂ ਨੌਕਰੀ ਨੀ, 4 ਸਾਲਾਂ ਬਾਅਦ ਤੁਸੀਂ ਬੰਦੇ ਨੂੰ ਜਿਹੜਾ ਹੈ ਬਾਹਰ ਕੱਢ ਦੋਗੇ। ਲੋਕ ਬੜੀ ਗਿਣਤੀ ਚ ਫੌਜ ਦੇ ਜਾਣ ਦੀ ਤਿਆਰੀ ਕਰਦੇ ਸੀ ਪੰਜਾਬ ਹਰਿਆਣਾ, ਤਾਂ ਇਹਦੇ ਚ ਬਹੁਤ ਅਸੀਂ ਤਾਂ ਤੁਹਾਡੀ ਦੇਸ਼ ਦੀ ਰੱਖਿਆ ਦੀ ਜਦੋਂ ਗੱਲ ਹੁੰਦੀ ਹੈ, ਜੈ ਜਵਾਨ ਜੈ ਕਿਸਾਨ ਦੀ ਗੱਲ ਹੁੰਦੀ ਹੈ, ਇਹ ਵੀ ਇੱਕ ਬਹੁਤ ਵੱਡੀ ਗੱਲ। ਰੇਲਵੇ ਵੀ ਵੱਡੀ ਗੱਲ ਸੀ, ਤੇ ਮੈਂ ਸੁਣ ਰਿਹਾ ਸੀ ਇੱਕ ਦਿਨ ਮੋਦੀ ਸਾਹਿਬ ਦਾ ਭਾਸ਼ਣ, ਰੇਲਵੇ ਦੇ ਨੌਕਰੀਆਂ ਦੀ ਗੱਲ ਕਰਨ ਦੀ ਬਜਾਏ, ਜੋ ਕੁਛ UP ਚ ਪੇਪਰ ਲੀਕ ਹੋਏ ਨੇ ਉਹਨਾਂ ਗੱਲ ਕਰਨ ਦੀ ਬਜਾਏ ਰੇਲਵੇ ਦੇ ਘਟਾਲੇ ਦੀ ਗੱਲ ਕਰਤੀ, ਜਿਹੜਾ ਲਾਲੂ ਪ੍ਰਸ਼ਾਦ ਯਾਦਵ ਇਸ ਤਰ੍ਹਾਂ ਨਹੀਂ ਹੋਏਗਾ ਕਹਿੰਦੇ, ਜੋ ਪਲਾਟਾਂ ਬਦਲੇ ਨੌਕਰੀਆਂ ਦੇਵਾਂਗੇ। ਗੱਲ ਮਤਲਬ ਘੁਮਾਉਣ ਦਾ ਢੰਗ ਹੈ, ਜਿਵੇਂ ਮਨੀਪੁਰ ਬਾਰੇ ਗੱਲ ਹੀ ਨਹੀਂ ਕੀਤੀ। ਜਦੋਂ ਵਿਰੋਧ ਕੀਤਾ ਗਿਆ, ਬੇਭਰੋਸਗੀ ਦਾ ਮਤਾ ਲਿਆਂਦਾ ਸੀ, ਉਦੋਂ ਵੀ 1-1.5 ਮਿੰਟ ਗੱਲ ਕੀਤੀ ਸੀ, ਯਾਨੀ ਆਪਾਂ ਅੱਖਾਂ ਮੀਚ ਲਈਏ। ਲੇਕਿਨ ਜਦੋਂ ਵਿਰੋਧ ਕਰਨਾ, ਸੰਦੇਸ਼ ਕੜੀ ਦੀ ਗੱਲ ਕਰਨੀ ਹੈ, ਉਦੋਂ ਮੋਦੀ ਸਾਹਿਬ ਕਹਿੰਦੇ ਆਪਾਂ ਔਰਤਾਂ ਨੂੰ ਇਨਸਾਫ਼ ਦੇਣਾ ਹੈ। ਜਾਂ ਜਦੋਂ ਸ਼ਕਤੀ ਦੀ ਗੱਲ ਕੀਤੀ ਉਹਨੇ ਰਾਹੁਲ ਗਾਂਧੀ ਨੇ, ਉਦੋਂ ਕਹਿੰਦੇ ਮੇਰੀ ਜਿਹੜੀ ਹੈ ਮੈਂ ਆਪਣੀਆਂ ਧੀਆਂ ਭੈਣਾਂ ਲਈ ਜਾਨ ਦੇ ਦੂੰ। ਬੜੇ ਹੈਰਾਨ ਹੋਏ ਵੀ ਇਹ ਕੀ ਹੋ ਰਿਹਾ, ਕਿਸ ਨੇ ਕਿਹਾ। ਫਿਰ ਉਹ ਫਗਾਹ ਟੁੱਟੀ, ਕਹਿੰਦੀ ਜਿਹੜੀਆਂ ਬੈਠੀਆਂ ਸੀ ਜੰਤਰ ਮੰਤਰ ਤੇ ਪਹਿਲਵਾਨ ਕੁੜੀਆਂ, ਉਹਨਾਂ ਨੇ ਤਾਂ ਤੁਸੀਂ ਕੱਖਰ ਨੀ ਬੋਲੇ ਬ੍ਰਿਜ ਭੂਸ਼ਣ ਦੇ ਖਿਲਾਫ਼। ਖੈਰ, ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਇਦੋਂ ਬਾਅਦ ਜਿਹੜੀ ਖਬਰ ਆਪਾਂ ਲੈਣੀ ਹੈ ਬਹੁਤ ਅਹਿਮ ਹੈ, ਉਹ ਹੈ ਜਿਹੜੀ ਸੜਕ ਹਾਦਸਿਆਂ ਦੀ। ਉਹ ਅਹਿਮ ਇਸ ਕਰਕੇ ਹੈ, ਮੈਂ ਪੋਲੀਟੀਕਲ ਖਬਰਾਂ ਆਪਾਂ ਕਰਦੇ ਹਾਂ ਪਰ ਇਹ ਵੀ ਸੋਸ਼ਲ ਖਬਰਾਂ ਨੇ, ਹਰ ਰੋਜ਼ ਨਿਕਲਦੇ ਆ। ਇੱਕ ਬੰਦਾ ਜਦੋਂ ਨਾ ਮੈਂ ਕਨੇਡਾ ਸੀ ਤੇ ਉਹ ਕਹਿੰਦਾ ਦੇਖੋ ਮੈਂ ਇੰਡੀਆ ਜਾਣਾ ਤਾਂ ਚਾਹੁੰਦਾ ਪਰ ਮੈਨੂੰ ਡਰ ਹੈ ਵੀ ਜੇ ਮੈਂ ਘਰੋਂ ਨਿਕਲਦਾ ਮੈਂ ਘਰ ਆ ਵੀ ਜਾਊਂਗਾ। ਕਹਿੰਦਾ ਉੱਥੇ ਤਾਂ ਸੱਚਮੁੱਚ ਹੀ ਸਵਾਰੀ ਆਪਣੇ ਸਵਾਲ ਦੀ ਜ਼ਿੰਮੇਵਾਰ, ਪਤਾ ਨੀ ਕੋਈ ਅੱਗੇ ਅੱਗਿਓ ਮਾਰੇ ਪਿੱਛੋਂ ਮਾਰੇ। ਆ ਜਿਹੜਾ ਰਾਤ 1 ਵਜੇ ਹੋਇਆ ਹਾਦਸਾ, ਇਹ ਪਿੱਛੋਂ ਮਾਰਿਆ, ਜਿਹੜੀ ਓਵਰ ਸਪੀਡ ਨਾਲ ਇਹਨਾਂ ਦੋਨਾਂ ਦਾ ਹੋਇਆ। ਫਾਰਚੂਨਰ ਨੂੰ ਫਿਰ ਅੱਗ ਲੱਗ ਗਈ, ਜਿਹੜਾ ACP ਚਲਾ ਰਿਹਾ ਸੀ ਲੁਧਿਆਣਾ ਦਾ ਸੰਦੀਪ ਸਿੰਘ, ਉਹਦਾ ਡਰਾਈਵਰ ਜਿਹੜੇ ਗੱਡੀ ਚਲਾ ਰਿਹਾ ਸੀ ਉਹ ਫਾਰਚੂਨਰ ਸੀ, ਗਨਮੈਨ ਨਾਲ ਬੈਠੇ ਸੀ ਸੰਦੀਪ ਸਿੰਘ ਦੇ, ਜੇ ਇੱਕ ਸਕਾਰਪੀਓ ਗੱਡੀ ਦੇ ਨਾਲ ਇਹਨਾਂ ਦੇ ਟੱਕਰ ਹੋਈ ਹੈ ਔਰ ਉਸ ਤੋਂ ਬਾਅਦ ਅੱਗ ਲੱਗੀ ਹੈ ਤੇ ਦੋਨਾਂ ਦੀ ਮੌਤ ਹੋ ਗਈ, ਗਨਮੈਨ ਦੀ ਤੇ ਸੰਦੀਪ ਸਿੰਘ ਦੀ। ਡਰਾਈਵਰ ਲੁਧਿਆਣੇ ਰੈਫਰ ਕੀਤਾ, ਸਮਰਾਲੇ ਦੇ ਕੋਲ ਇਹ ਹੋਇਆ, ਚੰਡੀਗੜ੍ਹ ਤੋਂ ਜਾ ਰਹੇ ਸੀ ਇਹ, ਰਾਤ ਨੂੰ 1 ਵਜੇ ਦੀ ਗੱਲ ਹੈ। ਤੇ ਤੁਸੀਂ ਲਾਓ ਕਿ ਇਹ ਜੇ ਪੁਲਿਸ ਵਾਲੇ ਸੜਕ ਸੁਰੱਖਿਆ ਫੋਰਸ ਤੋਂ ਬਾਅਦ ਜਦੋਂ ਬਣੀ ਹੈ, ਉਦੋਂ ਬਾਅਦ ਦੇਖੋ ਕਿੰਨੇ ਹਾਦਸੇ ਹੋ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਉਹਦੇ ਕਾਰਨ ਹੋ ਰਹੇ ਨੇ, ਲੇਕਿਨ ਹਾਦਸਿਆਂ ਚ ਕਮੀ ਨਹੀਂ ਆਈ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ। ਹੁਣ ਇਹ ਕੋਟਕਪੂਰਾ, ਉਹ ਕਿਹੜਾ ਘੱਟ ਹੈ, ਕੋਟਕਪੂਰੇ ਦੇ ਇੱਕੋ ਪਿੰਡ ਦੇ, ਪਿੰਡ ਮਰਾੜੂ ਦੇ, ਮਰਾੜੂ ਕਲਾਂ ਦੇ 5 ਗ੍ਰਾਈਂ ਦੇ ਨੇੜੇ ਫਰੀਦਕੋਟ ਮੋਗਾ ਸਰਹੱਦ ਤੇ ਇਹ ਐਕਸੀਡੈਂਟ ਹੋਇਆ। ਹੁਣ ਇਹ ਐਕਸੀਡੈਂਟ ਦੇ ਛੋਟੇ ਹਾਥੀ ਤੇ ਟਰਾਲੇ ਚ ਟੱਕਰ ਹੋਈ ਹੈ। ਤੁਸੀਂ ਦੇਖੋ ਬਾਕੀ ਤਾਂ ਦੇਖੋ ਜਿਸ ਤਰ੍ਹਾਂ ਦੇ ਜਿਹੜੇ ਲੋਕ ਪੀਰ ਗਾਹਾਂ, ਜਿਹੜਾ ਬਾਬਾ ਬਾਘਾ ਪੁਰਾਣਾ ਹੈ ਲੰਗਿਆਣਾ ਪੀਰ ਹੈ, ਉੱਥੇ ਮੱਥਾ ਟੇਕ ਕੇ ਆ ਰਹੇ ਸੀ, ਜਿਸ ਤਰ੍ਹਾਂ ਦੇ ਲੋਕ ਉਹ ਹਾਥੀ ਚ ਆ ਰਹੇ ਸੀ 10-11 ਬੰਦੇ, ਇਹ ਵੀ ਰਾਤ ਨੂੰ 2 ਵਜੇ ਹੋਇਆ, 13 ਬੰਦੇ ਸੀ। ਤੁਸੀਂ ਦੇਖ ਲਓ 13 ਚੋਂ 3 ਦੀ ਮੁਕਦੇ, ਬਾਅਦ ਚ 2 ਔਰਤਾਂ ਫਿਰ ਮਰੀਆਂ, 5 ਮੌਤਾਂ ਹੋ ਗਈਆਂ। ਮਤਲਬ ਕਿ ਇਕੱਲਾ ਹੀ ਨਹੀਂ ਹੈ, ਇੱਕ ਹੋਰ ਮੋਟਰਸਾਈਕਲ ਦਾ ਆ ਚੰਡੀਗੜ੍ਹ ਤੋਂ ਲੁਧਿਆਣਾ, ਸੱਸ ਨੂੰ ਤੇ ਬੱਚਾ ਪਾਰ ਕਰ ਰਹੇ ਸੀ ਉਹਨੂੰ ਟੱਕਰ ਮਾਰੀ। ਯਮੁਨਾ ਨਗਰ ਚਲੋ ਉਹ ਤਾਂ ਬਾਹਰ ਨਹੀਂ ਹੈ, ਪਰ ਉੱਥੇ ਵੀ ਮੋਟਰਸਾਈਕਲ ਵਾਲੇ 2 ਮਰੇ ਨੇ।
मेरा मतलब कि सार जदों सवेरे सवेरे उठ के तुसी इस तरह दी खबरां पढ़ते हो तो सचमुच ही मन खराब हुंदा। मन तो खराब होया एक होर जिहड़ी खबर पढ़ के कि पंजाब दे विच भी इस तरह किसी औरत नाल हो सकता है, वो खबर आपां करदे हां लैने हां अगले हिस्से च। लेकिन हुण एक ब्रेक ले लईए, मिलदे हां ब्रेक तों बाद। गुरबाणी न्यूज म्यूजिक एंटरटेनमेंट शो जा किसी तरह का कोई भी कंटेंट वेखन दे लई प्ले स्टोर तो हुणे डाउनलोड करो चढ़दी कला मीडिया नेटवर्क ऐप। अब आप चढ़दी कला टाइम टीवी देख सकते हैं डीडी फ्री डिश एमबैक 4 पर। देखने के लिए आप अपने सेटअप बॉक्स को ऑटो स्कैन करें। कैसे करना है आइए आपको बताते हैं। सबसे पहले डीडी फ्री डिश एमबैक 4 के सेटअप बॉक्स के रिमोट का मेन्यू बटन दबाएं, फिर डिलीट ऑल पर जाकर ओके। ब्रेक तो बाद तुहाडा फिर स्वागत। प्यारे दर्शकों, जिला तरन तारण बॉर्डर का जिला, उस जिले च बलटोहा आता है, बिरसा सिंह बलटोहा वाला बलटोहा कह लो। उस बलटोहा पिंड दे विच एक घटना वापरी है जिहदी मैं गल कर रहा सी, बड़ी शर्म आई उस घटना बारे गल करते हुए। असल दे विच गल तां इह हुई कि दो परिवार रहिंदे ने, उहदे विच जिस तरह हुंदा है उह गवांढी कुड़ी नाल मुंडे दा एक परिवार दे दा प्रेम हो गया ते उन्होंने जाके ब्याह करा लिया, प्रेम ब्याह लव मैरिज करा ली। बस गलत इन्नी सी, लव मैरिज कुड़ी वालों नूं इह गल हजम नहीं हुई। साडा समाज जिहनूं ऑनर किलिंग मतलब इह अपने समाज दे विच इह बहुत वड्डा जिहड़ा है, जिहनूं अणख दी खातर कतल भी हुंदे ने, लड़ाइयां हुंदियां ने, असल इह उह घटना ही है। ਕੁੜੀ ਵਾਲਿਆਂ ਨੇ ਗੁੱਸੇ ਚ ਪਹਿਲਾਂ ਤਾਂ ਜਿਹੜੀ ਗੁਆਂਢੀ ਜਿਹੜੇ ਮੁੰਡੇ ਦੀ ਮਾਂ ਸੀ ਉਹ ਆਪਦੇ ਜਦੋਂ ਉਹਨਾਂ ਨੇ ਵਿਆਹ ਕਰਾਇਆ ਉਹਨਾਂ ਕੋਲ ਰਹੀ ਜਾ ਕੇ, ਤੇ ਫਿਰ ਜਦੋਂ ਪਿੰਡ ਆਈ ਪਤਾ ਲੱਗਿਆ ਵੀ ਆ ਗਈ ਪਿੰਡ, ਉਸ ਤੋਂ ਬਾਅਦ ਉਹ ਪਹੁੰਚ ਗਏ ਕੁੜੀ ਵਾਲਿਆਂ ਦੇ ਘਰ। ਉਹਦੀ ਮਾਂ ਨੂੰ ਫਿਰ ਉਹਨਾਂ ਨੇ ਕੁੱਟਿਆ, ਕੁੱਟ ਕੇ ਉਹਦੇ ਕੱਪੜੇ ਪਾੜਤੇ, ਉੱਪਰੋਂ ਤਾਂ ਬਿਲਕੁਲ ਉੱਪਰਲਾ ਹਿੱਸਾ ਜਿਹੜਾ ਹੈ ਲੱਤਾਂ ਤੋਂ ਉੱਪਰਲਾ ਹਿੱਸਾ ਬਿਲਕੁਲ ਉਸਦਾ ਪਾੜ ਕੇ ਉਹਦੇ ਕੱਪੜੇ ਬਾਹਰ ਸਿੱਟਦੇ, ਨਿਰਵਸਤਰ ਕਰਤਾ, ਅੱਧੀ ਨਿਰਵਸਤਰ ਹੋ ਗਈ ਉਹ, ਵਸਤਰਾਂ ਤੋਂ ਬਿਨਾਂ ਉਹ ਭੱਜੀ, ਕਿਉਂਕਿ ਉਹਦੇ ਥੱਲੜਾ ਹਿੱਸਾ ਵੀ ਉਹ ਆਪ ਦੱਸ ਰਹੀ ਹੈ ਵੀ ਉਹ ਕੋਸ਼ਿਸ਼ ਕਰ ਰਹੇ ਸੀ ਲਾਉਣ ਦੀ, ਪਾੜਨ ਦੀ ਸਲਵਾਰ ਨੂੰ। ਤੇ ਕਹਿੰਦੇ ਫਿਰ ਉਹ ਜਦੋਂ ਭੱਜੀ ਕਦੇ ਕਿਸੇ ਦੁਕਾਨ ਚ ਕਦੇ, ਫਿਰ ਇੱਕ ਦੁਕਾਨਦਾਰ ਉਹਦੀ ਮੈਂ ਗੱਲ ਸੁਣ ਰਿਹਾ ਸੀ, ਸਰਦਾਰ ਸਾਹਿਬ ਨੇ ਇਹਨੂੰ ਆਪਣਾ ਪਰਨਾ ਦਿੱਤਾ ਵੀ ਤੂੰ ਬੀਬੀ ਇਹ ਢੱਕ ਲੈ, ਨਾਲ ਕੋਈ ਵੀਡੀਓ ਬਣਾ ਰਿਹਾ ਸੀ ਉਹਨੂੰ ਵੀ ਰੋਕਿਆ, ਪਰ ਜਿੰਨੀ ਕੁ ਵੀਡੀਓ ਜਿੰਨੇ ਕੁ ਸਕਿੰਟ ਦੀ ਬਣੀ ਉਹ ਵਾਇਰਲ ਹੋ ਗਈ। ਤੋ ਹੁਣ ਇਹ ਘਟਨਾ, ਹੁਣ ਤੁਸੀਂ ਇਹ ਦੇਖੋ 31 ਮਾਰਚ ਦੀ ਇਹ ਘਟਨਾ ਹੈ। 31 ਮਾਰਚ ਨੂੰ ਰਾਤ ਨੂੰ ਸ਼ਿਕਾਇਤ ਥਾਣੇ ਚ ਕਰਾਉਣ ਗਏ। ਮੈਂ ਜਿਹੜੀ ਗੱਲ ਤੁਹਾਨੂੰ ਸੁੱਖੀ ਦੱਸਣ ਵੇਲੇ ਕੀਤੀ ਸੀ ਕਿ ਪੁਲਿਸ ਦੇ ਵੱਡੇ ਸਵਾਲ ਉੱਠਦੇ ਨੇ, ਤੇ ਉੱਥੇ ਉਹਨੇ ਰਿਪੋਰਟ ਦਰਜ ਨਹੀਂ ਕੀਤੀ ਪੁਲਿਸ ਨੇ। ਫਿਰ ਉਹ 1 ਅਪ੍ਰੈਲ ਨੂੰ ਮਤਲਬ ਦੋਸ਼ੀ ਘਰ ਨੇ, ਪੁਲਿਸ ਕੁਛ ਨੀ ਕਰ ਰਹੀ, ਪੁਲਿਸ ਕਹਿੰਦੀ ਹੈ ਵੀ ਨਹੀਂ ਤੋ ਕੋਈ ਫੜ ਨਹੀਂ ਆਈ, ਕੁਛ ਨੀ ਹੋਇਆ। ਫਿਰ ਰੌਲਾ ਪਿਆ, ਜਦੋਂ ਰੌਲਾ ਪੈਂਦਾ ਉਦੋਂ ਫਿਰ ਇਹ ਤੇ ਕਾਰਵਾਈ ਹੁੰਦੀ ਹੈ, ਪੁਲਿਸ ਦੀ ਰਿਪੋਰਟ ਦਰਜ ਕਰਦੀ ਹੈ। ਉੱਥੇ SHO ਹੈ ਸੁਨੀਤਾ ਰਾਣੀ, ਉਹ ਕਹਿ ਰਹੀ ਸੀ ਕਿ ਇਹ ਔਰਤ ਜਿਹੜੀ ਹੈ 2 ਅਪ੍ਰੈਲ ਨੂੰ ਆਈ ਹੈ ਸ਼ਿਕਾਇਤ ਦੇਣ, 31 ਨੂੰ ਨਹੀਂ ਆਈ, ਇਹ ਪੁਲਿਸ ਦਾ ਵਰਜ਼ਨ ਹੈ। ਕਹਿੰਦੇ ਅਸੀਂ ਕਹਿੰਦੇ ਪਹਿਲਾਂ ਇਹ ਕਹਿੰਦੀ ਵੀ ਅਸੀਂ ਸਮਝੌਤਾ ਹੋ ਰਿਹਾ ਸਾਡਾ, ਰਾਜੀਨਾਮੇ ਦੀ ਗੱਲ ਹੋ ਰਹੀ ਹੈ ਇਸ ਕਰਕੇ ਇਹਨੇ ਕੀਤਾ, ਜਿਹਦੀ ਦੋਨਾਂ ਦਾ ਅਲੱਗ ਅਲੱਗ ਵਰਜ਼ਨ ਹੈ। ਪਰ ਹੁਣ ਜਦੋਂ ਮਹਿਲਾ ਕਮਿਸ਼ਨ ਆ ਗਿਆ, ਹੁਣ ਜਦੋਂ ਰੌਲਾ ਪੈ ਗਿਆ, ਹੁਣ ਪੁਲਿਸ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ 5 ਦਿਨ ਹੋ ਗਏ, ਤੁਸੀਂ ਕੀਤਾ ਕੀ ਹੈ, ਕੋਈ ਬੰਦਾ ਕਿਉਂ ਨੀ ਫੜਿਆ। ਗੱਲ ਘਟਨਾ ਦੀ ਜਿਹੜੀ ਗੱਲ ਇਹ ਹੈ ਕਿ ਇਸ ਘਟਨਾ ਨੇ ਕਿੱਡੇ ਵੱਡੇ ਸਵਾਲ ਖੜੇ ਕੀਤੇ। ਪਹਿਲਾਂ ਕਿ ਔਰਤਾਂ ਦੇ ਮਾਮਲੇ ਦੇ ਵਿੱਚ ਪੰਜਾਬ ਵੀ, ਇਹ ਕਦੇ UP ਬਿਹਾਰ ਚ ਅਸੀਂ ਸੁਣਦੇ ਸੀ, ਅਫਗਾਨਿਸਤਾਨ ਚ ਸੁਣਦੇ ਸੀ, ਪੰਜਾਬ ਵੀ ਹੋ ਜਾਏ ਤੇ ਬਾਬਾ ਨਾਨਕ ਨੂੰ ਮੰਨਣ ਵਾਲਾ ਏਰੀਆ ਉਹਦੇ ਚ ਹੈ। ਵੈਸੇ ਤਾਂ ਸਾਰੀ ਦੁਨੀਆ ਹੀ ਮੰਨਦੀ ਹੈ, ਪਰ ਕਿੱਥੇ ਹੈ ਔਰਤ ਦੀ ਇੱਜ਼ਤ, ਇਹ ਗੱਲ। ਦੂਜਾ, ਸਾਡੀ ਜਿਹੜੀ ਸੋਚ ਹੈ ਕਿੰਨੀ ਕੁ ਬਦਲੀ ਹੈ ਉਹ ਵੀ ਆਪਾਂ ਦੇਖ ਲਿਆ
ਕਿੱਥੇ ਖੜੇ ਮੁੰਡਾ ਕੁੜੀ ਨੇ ਵਿਆਹ ਕਰਾ ਲਿਆ ਔਰ ਦੋਨੇ ਦਲਿਤ ਪਰਿਵਾਰ ਚ ਇਹ ਵੀ ਨੀ ਕਿਉਂਕਿ ਇੰਟਰਕਾਸਟ ਰੌਲਾ ਸੀ ਲੇਕਿਨ ਆਪਣੀ ਹੋਮੇ ਆਪਣੀ ਈਗੋ ਨੇ ਇਹ ਐਡੀ ਵੱਡੀ ਘਟਨਾ ਕਰਵਾਈ ਹੈ। ਖੈਰ ਆਪਾਂ ਹੁਣ ਅਗਲੀ ਖਬਰ ਵੱਲ ਨੂੰ ਵਧੀਏ। ਅਗਲੀ ਖਬਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਪੁਲਿਸ ਇੱਕ ਅਨਾਊਂਸਮੈਂਟ ਕਰ ਦਿੰਦੀ ਹੈ ਵੀ ਆਪਦੇ ਆਪਦੇ ਲਾਇਸੈਂਸੀ ਹਥਿਆਰ ਜਿਹੜੇ ਨੇ ਉਹ ਤੁਸੀਂ ਜਮ੍ਹਾਂ ਕਰਾਓ ਥਾਣਿਆਂ ਚ ਜਾ ਕੇ। ਉਹ ਜ਼ਿਆਦਾ ਥਾਣਿਆਂ ਚ ਜਮ੍ਹਾਂ ਕਰਾ ਸਕਦੇ ਹਾਂ ਜਾਂ ਗੰਨ ਹਾਊਸ ਵਿੱਚ ਪ੍ਰਾਈਵੇਟ ਰੱਖ ਲਓ, ਉਹਦਾ ਕਿਰਾਇਆ ਵੀ ਕਾਫੀ ਹੁੰਦਾ। ਕਈ ਵਾਰੀ ਲੋਕ ਥਾਣਿਆਂ ਚ ਕਰਾ ਦਿੰਦੇ ਨੇ ਲੇਕਿਨ ਪੁਲਿਸ ਕਹਿੰਦੀ ਹੈ ਵੀ ਤੁਹਾਡੇ ਹਥਿਆਰ ਚੱਕਣ ਤੇ ਪਾਬੰਦੀ। ਬਈ ਜਦੋਂ ਹੁਣ ਅਗਲੇ ਨੂੰ ਤੁਸੀਂ ਚੱਕੀ ਫਿਰਦਾ, ਅਗਲਾ ਕਹਿੰਦਾ ਵੀ ਮੈਂ ਤਾਂ ਥਾਣੇ ਚ ਜਮ੍ਹਾਂ ਕਰਾਉਣ ਚੱਲਿਆ। ਇਹ ਬੜੀਆਂ ਕੰਟਰਡਿਕਸ਼ਨਸ ਨੇ ਇਸ ਕਿਸਮ ਦੀਆਂ। ਇਹ ਜਿਹੜਾ ਹੋਇਆ ਲੋਕਾਂ ਚ ਨਾ ਇੱਕ ਚਰਚਾ ਹੋਈ ਕੱਲ ਵੀ, ਮੈਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਫੋਨ ਤੇ ਇਹ ਕਿਹਾ ਗਿਆ ਕਿ ਜੀ ਇਹ ਤਾਂ ਫਿਰ ਗਲਤ ਗੱਲ ਹੈ, ਸਾਡੀ ਅਸੀਂ ਬਾਹਰ ਬੈਠੇ ਹਾਂ, ਕੋਈ ਡੇਰੇ ਚ ਬੈਠਾ ਕੋਈ ਕਿਤੇ ਬੈਠਾ, ਉਹਦਾ ਹਥਿਆਰ ਲੈ ਲਓ ਤੇ ਇਹ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਜਿਹੜੀ, ਤੇ ਕੌਣ ਜ਼ਿੰਮੇਵਾਰੀ ਲਊ? ਤਾਂ ਕ੍ਰਿਮੀਨਲ ਚੋਰਾਂ ਨੂੰ ਤੁਸੀਂ ਆਪ ਹੀ ਦੱਸਤਾ ਵੀ ਹੁਣ ਹਥਿਆਰ ਚਲੇ ਗਏ, ਇਸੇ ਕਰਕੇ ਲੋਕ ਜਿਹੜੇ ਨਜਾਇਜ਼ ਹਥਿਆਰ ਰੱਖਦੇ ਨੇ। ਵੈਸੇ ਵੀ ਜਿਹੜੀ ਸਰਕਾਰ ਕਹਿੰਦੀ ਹੈ 4.25 ਲੱਖ ਜਿੰਨੇ ਵੀ ਹਥਿਆਰ, ਹਾਲਾਂਕਿ ਮੈਨੂੰ ਉਹ ਡਾਟੇ ਚ ਥੋੜਾ ਫਰਕ ਲੱਗਦਾ, ਚਲੋ ਜਿੰਨਾ ਵੀ ਦਾਅਵਾ ਕੀਤਾ ਹੈ ਉਹ ਹਥਿਆਰ ਲੈ ਮੰਨ ਲੈਂਦੇ ਆ, ਤੇ ਫਿਰ ਜਿਹੜੇ ਨਜਾਇਜ਼ ਹਥਿਆਰ ਕਿਉਂ ਆਉਂਦੇ ਨੇ ਜਦੋਂ ਇਹੋ ਜਿਹਾ ਕੁਛ ਹੁੰਦਾ? ਤੇ ਖੈਰ ਉਹਦੇ ਚ ਚੋਣ ਕਮਿਸ਼ਨ ਆ ਗਿਆ। ਹੁਣ ਜਿਹੜੀ ਗੱਲ ਅੱਜ ਦੀ ਖਬਰ ਬਣਾਉਂਦੀ ਹੈ, ਚੋਣ ਕਮਿਸ਼ਨ ਕਹਿੰਦਾ ਵੀ ਇਹ ਗਲਤ ਗੱਲ ਕਰ ਰਹੀ ਹੈ ਪੁਲਿਸ। ਹੁਣ ਇਹ ਚੋਣ ਕਮਿਸ਼ਨ ਇਹ ਨਹੀਂ ਕਹਿੰਦਾ ਕਿ ਵੀ ਤੁਸੀਂ ਹਥਿਆਰ ਨਾ ਜਮ੍ਹਾਂ ਕਰਾਓ, ਪਰ ਚੋਣ ਕਮਿਸ਼ਨ ਇਹ ਕਹਿੰਦਾ ਕਿ ਇਹਦੀ ਇੱਕ ਪ੍ਰਕਿਰਿਆ ਦੱਸੀ ਸੀ ਤੁਹਾਨੂੰ, ਤੁਹਾਨੂੰ ਕਿਹਾ ਸੀ ਕਿ ਇੱਕ ਸਕਰੀਨਿੰਗ ਕਮੇਟੀ ਬਣਾਓ, ਉਹ ਜਦੋਂ ਕਮੇਟੀ ਫੈਸਲਾ ਕਰੋ ਵੀ ਕਿਹਦੇ ਹਥਿਆਰ ਜਮ੍ਹਾਂ ਕਰਾਉਣਾ ਕਿਹਦੇ ਨਹੀਂ ਕਰਾਉਣਾ, ਤੁਸੀਂ ਐਂ ਕਿਉਂ ਨਹੀਂ ਕਰਦੇ? ਤੁਸੀਂ ਸਾਰੇ ਹਥਿਆਰ ਲੋਕਾਂ ਦੇ ਜਮ੍ਹਾਂ ਕਰਾਉਣੇ ਆ, ਤੇ ਉਹੀ ਗੱਲ ਚੋਣ ਕਮਿਸ਼ਨ ਨੇ ਕਹੀ, ਤੇ ਉਹਨਾਂ ਦੀ ਰਿਸਪੋਂਸੀਬਿਲਟੀ ਕੌਣ ਲਊਗਾ? ਤੁਹਾਡੇ ਸਾਹਮਣੇ ਹੋਇਆ, ਆਪਾਂ ਦੇਖਿਆ ਨੀ ਸਿੱਧੂ ਮੂਸੇਵਾਲਾ ਕਦੋਂ ਗਿਆ ਜਦੋਂ ਇਹ ਡਿਕਲੇਅਰ ਹੀ ਕਰਤਾ ਵੀ ਹੁਣ ਗਨਮੈਨ ਵਾਪਸ ਲੈ ਲਏ, ਤੇ ਜਦੋਂ ਹੁਣ ਡਿਕਲੇਅਰ ਹੋ ਗਿਆ ਵੀ ਹਥਿਆਰ ਲੋਕਾਂ ਦੇ ਕੋਲ ਨਹੀਂ, ਤੇ ਚੋਰਾਂ ਨੂੰ ਵੀ ਡਾਕੂਆਂ ਨੂੰ ਵੀ ਪ੍ਰਤੀ ਲੈਣ ਤੁਸੀਂ ਇੱਕ ਮੌਕਾ ਦਿੱਤਾ, ਤੇ ਇਹ ਜਿਹੜਾ ਹੈ ਚੋਣ ਕਮਿਸ਼ਨ ਨੇ ਕਿਹਾ ਇਹਦੇ ਨਾਲ ਕ੍ਰਾਈਮ ਵਾਧੂ, ਚੋਰੀਆਂ ਵਧਣਗੀਆਂ, ਤੁਸੀਂ 2.5 ਮਹੀਨੇ ਬਿਨਾਂ ਹਥਿਆਰਾਂ ਤੋਂ ਕੌਣ ਰਹਿ ਸਕਦਾ? ਤੇ ਇਹ ਵੱਡਾ ਤੁਸੀਂ ਮੌਕਾ ਦਿੱਤਾ। ਚੋਣ ਕਮਿਸ਼ਨ ਨੇ ਫਿਰ ਸਰਕਾਰ ਨੂੰ ਬਦਲੋ, ਚੋਣ ਕਮਿਸ਼ਨ ਜੋ ਕਰ ਸਕਦਾ ਝਾੜ ਪਾਈ ਜਾਂ ਨਿਰਦੇਸ਼ ਦਿੱਤੇ, ਇਹੀ ਆਪਾਂ ਕਹਿ ਸਕਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਕਿਸਾਨ ਬਣਾ ਰਹੇ ਨੇ ਅੱਜ ਕੱਲ੍ਹ। ਮੈਂ ਜਿਹੜੀ ਗੱਲ ਲਗਾਤਾਰ ਦੇਖ ਰਿਹਾ, ਅਬਜ਼ਰਵ ਕਰ ਰਿਹਾ, ਪੰਜਾਬ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਜਿਹੜਾ ਹੋ ਰਿਹਾ ਹੈ, ਹਰਿਆਣਾ ਚ ਜ਼ਿਆਦਾ ਤਿੱਖਾ ਵਿਰੋਧ ਹੋ ਰਿਹਾ ਪੰਜਾਬ ਨਾਲੋਂ। ਪੰਜਾਬ ਚ 2 ਦਿਨ ਹੋ ਗਏ ਜਦੋਂ ਵੀ ਕੋਈ ਐਕਟੀਵਿਟੀ ਕਰ ਰਿਹਾ ਹੰਸਰਾਜ ਹੰਸ, ਪਹਿਲਾਂ ਫਰੀਦਕੋਟ ਕੀਤੀ ਉਦੋਂ ਵੀ ਕਾਲੀਆਂ ਝੰਡੀਆਂ ਦਿਖਾਈਆਂ, ਹੋਏ ਉਹਨੇ ਰੋਡ ਸ਼ੋਅ ਕੀਤਾ ਮੋਗੇ ਦੇ ਵਿੱਚ, ਉੱਥੇ ਵੀ ਕਾਲੀਆਂ ਝੰਡੀਆਂ ਹੀ ਦਿਖਾਈਆਂ ਨੇ। ਉਹਦਾ ਕੋਈ ਉਸ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ ਜਿੰਨਾ ਵੱਡਾ ਵਿਰੋਧ ਜਿਹੜਾ ਇੱਥੇ ਹਰਿਆਣਾ ਚ ਹੋ ਰਿਹਾ ਹੈ। ਪਹਿਲਾਂ ਤਾਂ ਹੋਇਆ ਅਰਜੀਤ ਸਿੰਘ ਚੌਟਾਲਾ ਦਾ, ਕੱਲ ਹਰਿਆਣਾ ਦੇ ਵਿੱਚ ਵਿਰੋਧ ਹੋਇਆ ਦੁਸ਼ਯੰਤ ਚੌਟਾਲਾ ਜਿਹੜਾ ਸਾਬਕਾ ਮੁੱਖ ਮੰਤਰੀ ਹੈ, JJP ਦਾ ਲੀਡਰ ਹੈ, ਉਹਦਾ ਹੋਇਆ। ਨਾਰਨੌਦ ਦਾ ਏਰੀਆ ਹੈ, ਉੱਥੇ ਪਿੰਡ ਨਾਡਾ ਹੈ, ਉਹਦੇ ਚ ਕਿਸਾਨਾਂ ਨੇ ਘੇਰ ਲਿਆ ਦੁਸ਼ਯੰਤ ਚੌਟਾਲਾ ਨੂੰ, ਕਹਿੰਦੇ ਦੱਸੋ, ਉਹੀ ਸਵਾਲ ਤਾਂ ਉਹੀ ਜੇ, ਇਹ ਦੱਸੋ ਤੁਸੀਂ ਕਿ ਤੁਸੀਂ ਸਾਡੇ ਕਿਸਾਨਾਂ ਨੂੰ ਦਿੱਲੀ ਕਿਉਂ ਨੀ ਜਾਣ ਦਿੰਦਾ, ਤੁਸੀਂ ਹਾਂ ਜਾਂ ਨਾ ਚ ਜਵਾਬ ਦਿਓ। ਉਹ ਕਹਿੰਦਾ ਇਹ ਤਾਂ ਸਿਆਸਤ ਕਰ ਰਹੇ ਹੋ। ਇੱਥੋਂ ਕਿਸਾਨ ਵਿਚਾਰੇ ਕਹਿੰਦੇ ਤੁਸੀਂ ਇਕੱਲੇ ਸਿਆਸਤ ਕਰਦੇ ਹੋ, ਤੁਸੀਂ ਜਵਾਬ ਵੀ ਨੀ ਦਿੰਦੇ, ਹੁਣ ਤੁਸੀਂ ਸਾਡੇ ਇੱਥੇ ਅਸੀਂ ਤੁਹਾਨੂੰ ਕਿਵੇਂ ਵੰਡ ਦੇਵਾਂਗੇ ਜੇ ਤੁਸੀਂ ਵੰਡ ਦਿੰਦੇ? ਤੇ ਉਹ ਕਹਿੰਦੇ ਇਹ ਕਹਿ ਕੇ ਜਦੋਂ ਗੱਡੀ ਚ ਚੜਨ ਲੱਗਿਆ ਤੇ ਮੈਂ ਫੋਟੋ ਦੇਖੀ ਹੈ, ਕਿਸਾਨ ਗੱਡੀ ਮੂਹਰੇ ਬੈਠ ਕੇ ਕਹਿੰਦੇ ਜਾ ਕੇ ਦਿਖਾ। ਫਿਰ ਕੀ ਹੋਇਆ ਕਿ ਉਹਦੀ ਗੱਡੀ ਉੱਥੇ ਰਹੀ, ਉਹ ਚੱਕ ਕੇ ਗੱਡੀ ਕਿਸੇ ਹੋਰ ਗੱਡੀ ਚ ਲੈ ਗਏ, ਉਸ ਗੱਡੀ ਚੋਂ ਵੀ ਜਾ ਕੇ ਚੜਿਆ ਜਾ ਗਿਆ ਅਗਲੇ ਪਿੰਡ, ਫਿਰ ਘੇਰ ਲਿਆ ਕਿਸਾਨਾਂ ਨੇ। ਮਤਲਬ ਇਹ ਕਿਸਾਨ ਹਰਿਆਣਾ ਵਾਲੇ ਕਹਿੰਦੇ ਤੁਸੀਂ ਨਾ ਵੜ ਗਏ। ਹੁਣ ਜਿਹੜੇ ਇਉਂ ਰੋਕ ਰਹੇ ਨੇ ਭਾਰਤੀ ਜਨਤਾ ਪਾਰਟੀ, ਚਾਹੇ ਉਹ, ਮੈਂ ਅੱਗੇ ਵੀ ਕਿਹਾ ਕਿ ਦਰੀ ਵਾਲੇ ਮਿੱਤਰ ਨੂੰ ਭਾਵੇਂ ਬਦਲ ਲਿਆ, ਪਰ ਹਰਿਆਣਾ ਚ 10 ਸੀਟਾਂ ਜਿੱਤਣੀਆਂ ਮੁਸ਼ਕਲ ਲੱਗਦੀਆਂ ਨੇ ਜਿਸ ਤਰੀਕੇ ਨਾਲ ਕਿਸਾਨਾਂ ਦਾ ਵਿਰੋਧ ਉੱਥੇ ਹੋ ਰਿਹਾ ਹੈ। ਹੁਣ ਪੰਜਾਬ ਚ ਵੀ ਵਿਰੋਧ ਜਿਹੜਾ ਤਿੱਖਾ ਹੋ ਸਕਦਾ, ਉਹਦਾ ਕਾਰਨ ਹੈ ਕਿਸਾਨਾਂ ਨੇ ਐਲਾਨ ਕਰਨੇ ਸ਼ੁਰੂ ਕਰਤੇ। ਕੱਲ SKM ਨੇ ਆਪਦੀ ਮੀਟਿੰਗ ਕਰਕੇ ਕਿਹਾ ਸੀ ਕਿ ਅਸੀਂ ਪ੍ਰਸ਼ਨਾਵਲੀ ਤਿਆਰ ਕਰ ਰਹੇ ਹਾਂ, ਕੁਐਸ਼ਨੀਅਰ ਤਿਆਰ ਕਰ ਰਹੇ ਹਾਂ, ਤੇ ਇਸੇ ਕਿਸਮ ਦਾ ਇੱਕ ਐਲਾਨ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਜਿਹੜੇ ਧਰਮ ਪਤਨੀ ਨੇ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ ਦਾ ਵਿਰੋਧ ਕਰਨਾ ਹੈ
ਉਹਦੇ ਲਈ ਕਾਲੀਆਂ ਝੰਡੀਆਂ ਦਾ ਸਵਾਗਤ ਕਰਨਾ ਹੈ, ਕਿਸਾਨਾਂ ਨੇ ਐਲਾਨ ਕੀਤਾ ਹੈ। ਔਰ ਇਹ ਵੀ ਜਿਹੜਾ ਹੈ ਸਲਾਹਣਾ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਜਿਹਦੇ ਲੀਡਰ ਨੇ ਡਾਕਟਰ ਦਰਸ਼ਨ ਪਾਲ, ਉਹਨਾਂ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ, ਡਾਕਟਰ ਦਰਸ਼ਨ ਪਾਲ ਨੇ ਕੀਤਾ ਔਰ ਪਟਿਆਲਾ 'ਚ ਹੀ ਉਹ ਰਹਿੰਦੇ ਨੇ। ਸੋ ਇਹਦਾ ਹੋਇਆ ਹੈ ਕਿ ਜਿੱਥੇ ਜਿੱਥੇ ਜਿਹੜੀ ਯੂਨੀਅਨ ਜਿਹੜੀ ਜ਼ਿਆਦਾ ਐਕਟਿਵ ਹੈ, ਉਹ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਬੰਦੇ ਖੜੇ ਨੇ, ਹੁਣ ਤਾਂ ਸਾਰੇ ਥਾਂ ਤੇ ਖੜਨਾ, ਉਹਨਾਂ ਦੀਆਂ ਡਿਊਟੀਆਂ ਲੱਗ ਗਈਆਂ ਕਿ ਉਹਨਾਂ ਦਾ ਵਿਰੋਧ ਕਰਨਾ। ਔਰ ਜਗਦੀਪ ਸਿੰਘ ਡੱਲੇਵਾਲ ਜਿਹੜੇ ਕਿ ਬੈਠੇ ਨੇ ਖਨੌਰੀ, ਛੱਬੂ ਤੇ ਖਨੌਰੀ ਦੋ ਥਾਂ ਤੇ ਲੱਗੇ ਹੋਏ ਨੇ ਨਾ ਜਿਹੜੇ ਮੋਰਚੇ, ਉਹਨਾਂ 'ਚ ਉਹ ਕਹਿੰਦੇ ਸਾਡੀਆਂ ਗੱਲਾਂ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ। ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਕੀ ਦੇਊ, ਇਹ ਸਾਨੂੰ ਦੱਸੋ। ਇਹ ਨਹੀਂ ਹੈ 54 ਦਿਨ ਹੋ ਗਏ ਛੱਬੂ ਤੇ ਖਨੌਰੀ ਬੈਠਿਆਂ ਨੂੰ ਕਿਸਾਨਾਂ ਨੂੰ, ਤੇ ਕਿਸਾਨ ਕਹਿੰਦੇ ਚੜ੍ਹਦੀ ਕਲਾ 'ਚ ਨੇ ਔਰ ਅਸੀਂ ਇਹਨਾਂ ਨੂੰ ਇਹਨਾਂ ਦਾ ਵਿਰੋਧ ਕਰਾਂਗੇ, ਇਹਨਾਂ ਦੇ ਬੋਰਡ ਤੇ ਚੋਟ ਲਾਵਾਂਗੇ। ਕਿਸਾਨ ਇਹ ਕਹਿੰਦੇ ਨੇ ਕਿ ਭਾਵੇਂ ਕਿ ਉਹਨਾਂ ਦੀ ਧੜੇਬੰਦੀ ਹੈ, ਪਰ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਹਰਾਉਣ ਲਈ ਦੇਸ਼ ਦੇ ਵਿੱਚ ਸੱਦਾ ਦਿੱਤਾ ਹੋਇਆ। ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਉਹ ਹਰਿਆਣਾ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਵਿਰੋਧ ਹੈ, ਇਹ ਆਪਾਂ ਕਹਿ ਸਕਦੇ। ਅਗਲੀ ਖਬਰ ਲਈਏ ਤੇ ਉਹ ਬਣਦੀ ਹੈ ਸੰਜੇ ਸਿੰਘ ਦੀ। ਦੇਖੋ ਸੰਜੇ ਸਿੰਘ ਜਦੋਂ ਬਾਹਰ ਆਇਆ ਸੀ, ਨਾਅਰੇ ਲੱਗ ਗਏ ਸੀ ਸ਼ੇਰ ਆਇਆ ਸ਼ੇਰ ਆਇਆ ਸੰਜੇ ਸਿੰਘ, ਤੇ ਜਿਹੜੀ ਆਮ ਆਦਮੀ ਪਾਰਟੀ ਦਾ ਸ਼ੇਰ ਕਹਿੰਦੇ ਨੇ ਇਹਨੂੰ, ਤੇ ਕੱਲ ਜਿਸ ਤਰੀਕੇ ਨਾਲ ਉਹ ਗਰਜਿਆ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਪ੍ਰੂਫ ਦਿੱਤੇ, ਮੋਦੀ ਨਾਲ ਫੋਟੋ ਦਿਖਾਈ ਕਿਹਦੀ, ਜਿਹੜੇ ਮਗੋਟਾ ਰੈਡੀ ਦੀ, ਤੇ ਕਹਿੰਦੇ ਜਿਹਨੇ ਇਹਤੇ ਬਿਆਨ ਦਿੱਤਾ ਹੈ ਕੇਜਰੀਵਾਲ ਤੇ, ਇਹ ਸਾਜਿਸ਼ ਉਹ ਕਹਿੰਦੇ ਘੜੀ ਗਈ, ਦਬਾਅ ਨਾਲ ਬਿਆਨ ਦਵਾਏ ਗਏ। ਉਹਨਾਂ ਨੇ ਇਹ ਗੱਲ ਆਪਣੀ ਪ੍ਰੈਸ ਕਾਨਫਰੰਸ ਸੰਜੇ ਸਿੰਘ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਮੁਲਜ਼ਮ ਸੀ ਆਬਕਾਰੀ ਨੀਤੀ ਦਾ ਮੁਲਜ਼ਮ ਰਾਘਵ ਮਗੁੰਡਾ, ਉਹਦੇ ਝੂਠੇ ਬਿਆਨ ਦੇ ਕਾਰਨ ਇਹਨੂੰ ਫੜਿਆ ਗਿਆ। ਉਹਦਾ ਪਿਤਾ, ਮਗੁੰਡਾ ਦਾ ਪਿਤਾ ਵਾਈ ਐਸ ਆਰ ਕਾਂਗਰਸ ਦਾ ਲੋਕ ਸਭਾ ਦਾ ਮੈਂਬਰ ਹੈ, ਮਗੁੰਡਾ ਸ੍ਰੀਨਿਵਾਸਨ ਰੈਡੀ, ਉਹਨੂੰ 16 ਸਤੰਬਰ ਨੂੰ ਫੜ ਲਿਆ ਸੀ 22 ਚ, ਤੇ ਫਿਰ ਉਹ ਜਿਹੜਾ ਬਲੈਕਮੇਲ ਗਿਆ ਜਿਹੜਾ ਉਹਨੂੰ ਫੜਿਆ, ਜਦੋਂ ਪੁੱਤ ਨੂੰ ਵੀ ਫੜ ਲਿਆ, ਰਾਘਵ ਨੂੰ ਵੀ ਫੜ ਲਿਆ, ਉਦੋਂ ਬਾਅਦ ਲਗਾਤਾਰ ਉਹਤੇ ਦਬਾਅ ਪਾਇਆ, ਫਿਰ ਲਗਾਤਾਰ ਦਬਾਅ ਚੋਂ ਟੁੱਟਿਆ ਤਾਂ ਹਿੱਸਾ ਬਣਿਆ, ਫਿਰ ਉਤੋਂ ਬਿਆਨ ਦਵਾਇਆ, ਫਿਰ ਜਿਹੜਾ ਹੈ ਕੇਜਰੀਵਾਲ ਨੂੰ ਫੜਿਆ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਕੇਜਰੀਵਾਲ ਜਿਹੜਾ ਇੱਕ ਆਈ ਆਰ ਅਫਸਰ, ਉਹ ਬਿਲਕੁਲ ਇਮਾਨਦਾਰ ਹੈ, ਇਹ ਇਮਾਨਦਾਰ ਬੰਦਿਆਂ ਨੂੰ ਫੜ ਰਹੇ ਨੇ, ਇਹ ਇੱਕ ਸਾਜਿਸ਼ ਦੇ ਅਧੀਨ ਜਿਹੜਾ ਹੈ ਫੜਿਆ ਗਿਆ ਹੈ। ਇਹ ਸੰਜੇ ਸਿੰਘ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕੀਤੀ ਹੈ। ਤੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਹੈ ਕਿ ਜੀ ਇਹ ਜਮਾਨਤ ਤੇ ਆਇਆ, ਇਹ ਕਿਉਂ ਇਹ ਐਕਟੀਵਿਟੀ ਗਲਤ ਕਰ ਰਿਹਾ। ਤੇ ਸੰਜੇ ਸਿੰਘ ਨੇ ਇਹ ਗੱਲ ਆ ਕੇ ਕਲੀਅਰ ਕਰਤੀ ਸੀ ਕਿ ਮੈਨੂੰ ਸ਼ਰਤ ਲਾਈ ਸੀ ਕਿ ਮੈਂ ਆਪਣੇ ਬਾਰੇ ਕੋਈ ਗੱਲ ਨਹੀਂ ਕਰਨੀ, ਮੈਂ ਬਾਕੀਆਂ ਬਾਰੇ ਤਾਂ ਗੱਲ ਕਰ ਸਕਦਾ, ਮੈਂ ਕੇਜਰੀਵਾਲ ਬਾਰੇ ਵੀ ਗੱਲ ਕਰੂੰ, ਮੈਂ ਗੱਲ ਕਰੂੰਗਾ ਮਨੀਸ਼ ਸਿਸੋਦੀਆ ਜਾਂ ਹੋਰਾਂ ਬਾਰੇ ਵੀ, ਇਹ ਉਹਨਾਂ ਨੇ ਕਿਹਾ ਸੀ। ਖੈਰ ਹੁਣ ਆਪਾਂ ਜਿਹੜੀ ਹੈ ਅਗਲੀ ਖਬਰ ਵੀ, ਉਹ ਵੀ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਨਾਲ ਸੰਬੰਧਿਤ। ਭਗਵੰਤ ਮਾਨ ਬਹੁਤ ਜ਼ਿਆਦਾ ਐਕਟਿਵ ਹੈ ਇਹਨਾਂ ਦਿਨਾਂ 'ਚ। ਕੱਲ੍ਹ ਵੀ ਭਗਵੰਤ ਮਾਨ ਨੇ ਅਨੰਦਪੁਰ ਸਾਹਿਬ ਅਤੇ ਉਦੋਂ ਬਾਅਦ ਅੰਮ੍ਰਿਤਸਰ ਹਲਕੇ ਦੇ ਜਿਹੜੇ ਲੀਡਰ ਬੁਲਾਏ ਹੋਏ ਸੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ। ਇੱਕ ਪਾਸੇ ਮਾਲਵਿੰਦਰ ਕੰਗ, ਉਹਦੇ ਅਨੰਦਪੁਰ ਸਾਹਿਬ ਦੇ ਦੀਪਕ ਬਾਲੀ, ਜੈ ਕ੍ਰਿਸ਼ਨ ਰੋੜੀ, ਸੰਤੋਸ਼ ਕਟਾਰੀਆ, ਹਰਜੋਤ ਬੈਂਸ, ਦਿਨੇਸ਼ ਚੱਡਾ, ਡਾਕਟਰ ਚਰਨਜੀਤ ਸਿੰਘ, ਅਨਮੋਲ ਗਗਨ ਮਹਿਲ, ਕੁਲਵੰਤ ਸਿੰਘ, ਸਾਰੇ MLA ਜਾਂ ਉੱਥੋਂ ਦੇ ਮੰਤਰੀ ਜਿਹੜੇ ਉਹ ਉੱਥੇ ਸੀ ਇਸ ਹਲਕੇ ਦੇ। ਇਸ ਤਰ੍ਹਾਂ ਦੂਜੀ ਮੀਟਿੰਗ ਕੀਤੀ ਸੀ ਅੰਮ੍ਰਿਤਸਰ ਸਾਹਿਬ ਦੀ, ਜਿਸ 'ਚ ਕੁਲਦੀਪ ਸਿੰਘ ਧਾਲੀਵਾਲ, ਜਸਵੀਰ ਸੰਧੂ, ਅਜੇ ਗੁਪਤਾ, ਇੰਦਰਵੀਰ ਸਿੰਘ ਨੇ ਜਿਹੜੇ ਸਾਰੇ, ਮਤਲਬ ਕਿ ਉਹ ਇਕੱਲੇ ਇਕੱਲੇ ਨੂੰ ਗੁਰਮੰਤਰ ਦੇ ਰਹੇ ਨੇ, ਚੋਣ ਮੰਤਰ ਦੇ ਰਹੇ ਨੇ, ਜਿੱਤ ਦਾ ਮੰਤਰ ਦੇ ਰਹੇ ਨੇ। ਵੈਸੇ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੈਂ ਚੋਣ ਪ੍ਰਚਾਰ ਦਾ ਮੇਰਾ ਪ੍ਰੋਗਰਾਮ ਬਣ ਗਿਆ 40 ਦਿਨ ਦਾ, ਹਰ ਹਲਕੇ 'ਚ ਮੈਂ ਕਰਨਾ ਹੁਣ ਜਾ ਕੇ, 3 ਦਿਨ ਪ੍ਰਚਾਰ ਤਾਂ ਹੁਣ ਹੀ ਕਰਨਾ, ਕਹਿੰਦੇ ਭਗਵੰਤ ਮਾਨ ਕਹਿੰਦੇ। ਤੇ ਬਾਕੀ ਤੁਹਾਨੂੰ ਦੱਸਿਆ ਵੀ ਅੱਜ ਕੱਲ੍ਹ ਜਿੰਨਾ ਚਿਰ ਕੇਜਰੀਵਾਲ ਅੰਦਰ ਹੈ, ਕੁਰੂਕਸ਼ੇਤਰਾ, ਗੁਜਰਾਤ, ਜਿੱਥੇ ਜਿੱਥੇ ਇਹਨਾਂ ਦੇ ਬੰਦੇ ਖੜਨੇ ਨੇ ਉੱਥੇ ਇਹਨਾਂ ਨੇ ਚੋਣ ਪ੍ਰਚਾਰ ਕਰਨਾ। ਇਹ ਖਬਰਾਂ ਤੇ ਕੇਜਰੀਵਾਲ ਸਾਹਿਬ ਨਾਲ ਸੰਬੰਧਿਤ ਕੁਛ ਹੋਰ ਖਬਰਾਂ ਨੇ, ਉਹਨਾਂ ਬਾਰੇ ਆਪਾਂ ਗੱਲ ਅਗਲੇ ਹਿੱਸੇ 'ਚ ਕਰਦੇ ਹਾਂ।
क्योंकि केजरीवाल ने वकीलों तो जी मंगी सी कि मैं वकीलों ना ज्यादा गलबात करनी है, मेरे तो केस ज्यादा ने, वह भी गल करनी बनती है। जिहड़े आदसी सिंह नूं चोण कमीशन का जो नोटिस आया है ये फाइल 8 अप्रैल तक ही दिता है। ये वैसे एक बड़ा जरा उसके सामने संकट तो खड़ा हो गया क्योंकि उन्होंने 8 अप्रैल किवें सबूत देने, उन्होंने सबूत मंगे ने यह करने है। तो जी केजरीवाल को मुलाकात वाली गल है भगवंत मान की, वह भी मन ली गई है, लेकिन वह जाली च बैठ के एक पासे तुम फिल्मों देख लो बिल्कुल उस तरह मेहमाना मुलाकात हो रही है। तो एक खबर आप लवेंगे अगले हिस्से कि जिसे बहुत बड़ी किरकिरी कराई थी चंडीगढ़ के जो मेयर की चोण से हेराफेरी की भारतीय जनता पार्टी ने, वह जोड़े बंद ने अनिल मसीह ने जोड़ा चोन उदो प्रजाइडिंग अफसर बनाया गया सी, जिस तरीके हेराफेरी करके जड़िया परचिया से मार रहा सी काटे वो फड़िया गया, कैमरे की अख ने कैद कर लिया, उन्होंने माफी मांगी, कहता उदो मैं डिप्रैशन से हलफनामा वापस ले लिया सुप्रीम कोर्ट च, बिना शर्त माफी मांगी है। ये खबर भी आप लवेंगे। बाकी विरोधी भी कहते हैं आपनी पाप है भाजपा, यह भी है। तो एक जो जोड़ी बहुत एक्टिव सी लेकिन जी एक किस्म की किस्मत ला लो या बीमारी कदे भी किसी भी आ सकती है। डॉक्टर नवजोत कौर सिद्धू उन्होंने ऑपरेशन होया कैंसर का, 3.5 घंटे की सर्जरी हुई है। नवजोत सिंह सिद्धू इसे करके उधर बिजी है, जा IPL की क्वार्टरी च बिजी है। तो जिहड़ा आपां हरदीप सिंह निज्जर गुरपत पंत पन्नू खंडा ज पंजवाड़ बहुत सारिया मौत हुई जड़िया उस पिया से भी भारत अंदरों बैठ के करा रहा है। इतने अजीत डोवाल साहब ने कुछ भी हो सकता तो पाकिस्तान च भी रहे ने, हुण पाकिस्तान के बारे च एक बरतानवी अखबार ने दावा किया है कि जिहड़ा 19 तो लैके लगातार टारगेट किलिंग हो रही है ना पाकिस्तान के, वो भारत करार है, ये भी गल करांगे। तो पंजाब पुलिस दे जड़े केस ने ना इन्ने ज्यादा ने, 600 के करीब जो पंजाब पुलिस वाले अधिकारी वह हर रोज हाई कोर्ट च जाते हैं, जाके बेंच मान लेंगे ने, वकील बेचारे खड़े रहते हैं। तो इस मामले च एक जनहित पटीशन पाई है SC अरोड़ा ने, तो सरकार को पंजाब सरकार ने तो DGP को नोटिस जारी हो रहा है। तो मैं थोड़ी एक खबर दसी थी कि पानी पंजाबियों को बहुत खिंचता है, कल बेचारे दो बच्चे एक 17 साल का एक 12 साल का यह मछीवाड़ा के नेड़े इन्हों का जोड़ा है पिंड ऊम खुरद के कोले भी सूआ ही सी जिद डुब के मरे ने, बहुत दुखदायी खबर है। एक खबर जी को बड़ी खबर बनाई है असी भावें पिछों लै रहे हैं, वो है जोड़े मदरसों बारे इलाहाबाद हाई कोर्ट ने बंद करने की गल की सी और सुप्रीम कोर्ट कहती नहीं ये तो गलत गल है, जे कहते लखा विद्यार्थी तो जोड़े उन्होंने अध्यापक ए किमें बंद हो सकते हैं। तो वह उन्हें किया एक दो खबर आप सुखबीर सिंह बादल नाल भी संबंधित लवेंगे जिन्ना क वक्त मिले। कल उन्होंने फतेहगढ़ साहब च मत्था टेकया, पंजाब बचाओ यात्रा उत्थे पहुंची सी। ये सारिया खबर अगले हिस्से सुनोगे, जिहड़ा तीजा हिस्सा होंगे TV से 10 बजे तो बाद या फिर YouTube से Facebook से तुम जुड़े रह सकते। हूँ लैने एक ब्रेक। अब आप चढ़ती कला टाइम TV देख सकते हैं DD फ्री डिश MBAC 4 पर। देखने के लिए आप अपने सेटअप बॉक्स को ऑटो स्कैन करें। कैसे करना है आइए आपको बताते हैं। सबसे पहले DD फ्री डिश MBAC 4 के सेटअप बॉक्स के रिमोट का मेन्यू बटन दबाएं, फिर डिलीट ऑल पर जाकर ओके करें। उसके बाद इनपुट पासवर्ड भरें 0000 यानी कि 4 बार 0। अब यस पर जाएं और ओके के लिए नीला बटन दबाएं। अब सैटेलाइट लिस्ट पर आएं और ओके बटन दबाएं। इसके बाद ब्लाइंड स्कैन पर आएं और सर्च करो। स्कैन में थोड़ा टाइम लगेगा, अब स्कैन हो चुका है तो अब आप देख सकते हैं आपका अपना मनपसंद चैनल चढ़ती कला टाइम TV।
सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को। सब्सक्राइब करो चढ़ती कला टाइम टीवी नु अते लेटेस्ट अपडेट पाउन दे लई प्रेस करो बेल आइकन नु। सब्सक्राइब करो चढ़ती कला टाइम टीवी नॉर्थ अमेरिका नु अते लेटेस्ट अपडेट पाउन दे वास्ते प्रेस करो बेल आइकन नु। सब्सक्राइब करो चढ़ती कला टाइम टीवी नॉर्थ अमेरिका नु अते लेटेस्ट अपडेट पाउन दे वास्ते। ब्रेक तो बाद थोड़ा फिर स्वागत। पर दोस्तों सुखबीर सिंह बादल लगातार एक्टर ने पंजाब बचाओ यात्रा चल रही है और लगातार लोगों नु जिथे भी जाते ने कह रहे ने कि दिल्ली दिया पार्टियां तो सचेत रहो, खेतरी पार्टी नु तकड़ा करो, अपनी पार्टी नु तकड़ा करो। ये अक्सर ऐसा स्नेहा दिंदे हुए कल पहुंचे सी फतेहगढ़ साहब, उत्थे उन्होंने मथा टेकिया और उत्थे लोक सभा हलका दे जिहड़े उत्थों दे इंचार्ज ने विक्रमजीत सिंह खालसा, फिर प्रधान ने जिहड़े बार एसोसीएशन दे और बुलारे ने श्रोमणी अकाली दल दे अमरदीप सिंह धारनी, गुरमीत सिंह सोनू, होर भी काफी बंदे, सरबजीत सिंह झिंजर जिहड़ा यूथ अकाली दल दा, वह भी इस एरिए दे ने, वह सारे उत्थे जिहड़े मैं देख रहा फोटो च खड़े वह सारे सी। ते जिहड़ी गल मैं कही है कि उन्होंने राजू खन्ना की अगुवाई च भी एक जिहड़ा है रोड शो होया कह लो जां यात्रा हुई, यह सारा कुछ सुखबीर सिंह बादल कर रहे ने। की इहदा कोई नतीजा निकलूगा? पर एक गल जरूर है कि जिथे जिथे पंजाब बचाओ यात्रा जाती है उत्थे लोग एक्टिव तो बहुत हो रहे हैं, कट भी हो रहा है, तो ये भी देख रहे हैं। तो हाले उन्होंने ना तो ऐलान किया है अपने किसी उम्मीदवार का, और ये भी सब नूं पता कि इस बार बड़े फसवे जिहड़े होने ने जिहड़ियां चोणां। तो आप हुण गल जिहड़ी श्रोमणी कमेटी की चोण की कर लिए लगते हथ कि श्रोमणी कमेटी की चोण ਜਿਹੜੀ ਆ 30 ਅਪ੍ਰੈਲ ਤੱਕ ਵੋਟਾਂ ਬਣਾਉਣ ਲਈ ਕਿਹਾ ਗਿਆ ਸੀ, ਪਰ ਹੁਣ ਇੱਕ ਨਵਾਂ ਰੇੜਕਾ ਦੇ ਪੜਾ, ਪਹਿਲਾਂ ਵੀ ਉਹੀ ਰੇੜਕੇ ਕਰਕੇ ਸਾਰਾ ਕੁਛ ਇੰਨਾ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ। ਉਹ ਹੈ ਸਹਿਜਧਾਰੀਆਂ ਦੀ ਮੰਗ। ਸਹਿਜਧਾਰੀ ਸਿੱਖ ਜਿਹੜੇ ਨੇ ਪਾਰਟੀ ਬਣਾਈ ਹੋਈ ਹੈ, ਸਹਿਜਧਾਰੀ ਸਿੱਖ ਪਾਰਟੀ ਪਰਮਜੀਤ ਰਾਉ ਨੂੰ ਜਿਹੜੇ ਨੇ ਉਹਦੇ ਅਗਵਾਈ ਕਰ ਰਹੇ ਨੇ, ਉਹਨਾਂ ਨੇ ਫਿਰ ਇੱਕ ਵਾਰ ਹਾਈਕੋਰਟ ਦੇ ਵਿੱਚ ਜਿਹੜੇ ਅਰਜੀ ਪਾਤੀ। ਉਹ ਕਹਿੰਦੇ ਸਾਡੀਆਂ ਵੋਟਾਂ ਤਾਂ ਬਣ ਨਹੀਂ ਰਹੀਆਂ, ਅਸੀਂ ਵੀ ਸਿੱਖ ਹਾਂ, ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ, ਯਾਨੀ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਵੀ ਬਣਨੀਆਂ ਚਾਹੀਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ। ਔਰ ਦੂਜੇ ਪਾਸੇ ਸ਼ਰਤ ਇਹ ਹੈ ਜਿਹਦੀ ਵੋਟ ਉਹਦੀ ਬਣ ਸਕਦੀ ਹੈ ਜਿਹੜਾ ਵੋਟ ਨੂੰ ਗੁਰਸਿੱਖ ਹੈ, ਜਿਹੜਾ ਕੇਸਾਂ ਦੀ ਬੇਅਦਬੀ ਨਹੀਂ ਕਰਦਾ ਉਹਦੀ ਵੋਟ ਬਣ ਸਕਦੀ ਹੈ, ਸਹਿਜਧਾਰੀਆਂ ਦੀ ਨਹੀਂ ਬਣ ਸਕਦੀ। ਇਹ ਗੱਲ ਹੈ ਤੇ ਇਹ ਇਹ ਕਿੰਨਾ ਦੇ ਕੋਰਟ ਚ ਜਾ ਕੇ ਕਿਹਾ ਕਿ ਸਾਡੀ ਰਿਟ ਹਾਲੇ ਪੈਂਡਿੰਗ ਪਈ ਹੈ ਤੇ ਤੁਸੀਂ ਕਿਵੇਂ ਮਤਲਬ ਇਹ ਵੋਟਾਂ ਬਣਾ ਕੇ ਪ੍ਰੋਸੈਸ ਸ਼ੁਰੂ ਕਰ ਰਹੇ ਹੋ ਚੋਣਾਂ ਕਰਾਉਣ ਦਾ ਜਿੰਨਾ ਚਿਰ ਸਾਡਾ ਫੈਸਲੇ ਨਹੀਂ ਹੁੰਦਾ। ਤੇ ਫਿਰ ਕੋਰਟ ਨੇ ਜਸਟਿਸ ਸੰਧਾ ਵਾਲੀਆ ਨੇ ਇਹ ਕਿਹਾ ਵੀ ਠੀਕ ਹੈ, ਇਹਨਾਂ ਦੀ ਗੱਲ ਸੁਣੋ, ਸਹੀ 16 ਮਈ ਨੂੰ ਨੋਟਿਸ ਜਾਰੀ ਕਰਤਾ ਕੇਂਦਰ ਨੂੰ ਵੀ ਤੇ ਸੂਬਾ ਸਰਕਾਰ ਨੂੰ। ਤੋ ਇਹਦਾ ਮਤਲਬ ਕਿ ਇਹ ਵੀ ਖੂਹ ਖਾਤੇ 'ਚ ਪੈਣ ਵਾਲੀ ਕਹਾਣੀ ਲੱਗ ਰਹੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ। ਖੈਰ ਦੇਖੋ ਸਾਡੇ ਦੇਸ਼ ਦੇ ਵਿੱਚ ਚੱਲ ਤਾਂ ਬੜਾ ਕੁਛ ਰਿਹਾ। ਆ ਹੁਣੇ ਮੈਂ ਤੁਹਾਨੂੰ ਕੇਜਰੀਵਾਲ ਸਾਹਿਬ ਦੀਆਂ ਖਬਰਾਂ ਜਿਹੜੀਆਂ ਦੱਸੀਆਂ ਸੀ, ਦੇਖੋ ਹੁਣ ਕੇਜਰੀਵਾਲ ਸਾਹਿਬ ਉੱਥੇ ਨੇ, ਸੰਜੇ ਸਿੰਘ ਨੇ ਇਹ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਜਿਸ਼ ਸੀ ਜਿਹਦੇ ਲਈ ਕੇਜਰੀਵਾਲ ਨੂੰ ਫਸਾਇਆ ਗਿਆ। ਉਹ ਕਹਿੰਦੇ ਆਪ ਨਹੀਂ ਇਹ ਪਾਪ ਹੈ, ਤੇ ਕੇਜਰੀਵਾਲ ਨੂੰ ਹੁਣ ਮਿਲਣਾ ਭਗਵੰਤ ਮਾਨ ਨੇ, ਮਾਨ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਮਿਲ ਸਕਦੇ ਹੋ, ਪਰ ਆਮ ਦੋ ਮੁੱਖ ਮੰਤਰੀ ਮਿਲੇ ਨੇ, ਲੇਕਿਨ ਦੋਨੇ ਮੁੱਖ ਮੰਤਰੀ ਇੱਕ ਕੈਦੀ ਵਾਂਗ ਜਿਵੇਂ ਮੁੱਖ ਮੰਤਰੀ ਦੂਜੇ ਕੈਦੀ ਨੂੰ ਮਿਲ ਜਾਂਦਾ ਹੈ। ਯਾਨੀ ਉਹ ਕਹਿੰਦੇ ਨੇ ਕਾਨੂੰਨ ਸਭ ਦੇ ਲਈ ਬਰਾਬਰ ਹੈ, ਦੂਜੇ ਪਾਸੇ ਜਾਲੀ ਤੇ ਬੈਠਣ ਕਿਉਂ? ਮੁਲਾਕਾਤ ਜੰਗਲੇ ਚ ਮੁਲਾਕਾਤ ਹੋਏਗੀ, ਇਸ ਕਿਸਮ ਦੀ ਗੱਲ ਪਤਾ ਲੱਗੀ ਹੈ। ਦੂਜੇ ਪਾਸੇ ਇੱਕ ਹੋਰ ਖਬਰ ਜਿਹੜੀ ਕੇਜਰੀਵਾਲ ਨਾਲ ਸੰਬੰਧਿਤ ਕਿ ਉਹ ਕਹਿੰਦੇ ਕਿ ਜੀ ਜਿਹੜੇ ਵਕੀਲ ਮੈਨੂੰ ਜ਼ਿਆਦਾ ਸਮਾਂ ਦਿਓ ਗੱਲਬਾਤ ਕਰਨ ਦਾ, ਸਿਰਫ 2 ਦਿਨ ਤੋਂ ਦਿੱਤੇ ਨੇ, ਆਗਿਆ ਦਿੱਤੀ ਹੈ। ਉਹ ਕੋਰਟ ਕਹਿੰਦੀ ਜਿਹੜੀ ਦਿੱਲੀ ਦੀ ਰੋਜ਼ ਐਵਨਿਊ ਕੋਰਟ ਹੈ, ਕਹਿੰਦੇ ਇਹਦੇ ਬਾਰੇ ਫੈਸਲਾ ਅਸੀਂ ਬਾਅਦ ਚ ਕਰਾਂਗੇ।
ਤੇ ਇਸੇ ਤਰੀਕੇ ਨਾਲ ਇੱਕ ਖਬਰ ਹੋਰ ਬਣੀ ਹੈ ਇਸੇ ਪਾਰਟੀ ਦੀ, ਉਹ ਹੈ ਆਤਸ਼ੀ ਸਿੰਘ ਦੀ। ਆਤਸ਼ੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ 8 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਪੁੱਛਿਆ। ਕਿਹਾ ਇਹ ਗਿਆ ਵੀ ਜਿਹੜਾ ਤੁਸੀਂ ਕਿਹਾ ਕਿ ਤੁਹਾਨੂੰ ਪੇਸ਼ਕਸ਼ ਹੋਈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਚ ਆਓ, ਉਹ ਕਿਹਨੇ ਕੀਤੀ, ਕਦੋਂ ਕੀਤੀ, ਕਿਸ ਵੇਲੇ ਕੀਤੀ, ਕਿੱਥੇ ਕੀਤੀ, ਇਹ ਸਾਰੀਆਂ ਸਵਾਲਾਂ ਦੇ ਜਵਾਬ ਦਿਓ। ਗੱਲ ਹੈ ਵੀ ਇਹ ਤਾਂ ਮੈਂ ਕਈ ਵਾਰੀ ਕਿਹਾ ਕਿ ਆਪਰੇਸ਼ਨ ਨੋਟਿਸ ਨੂੰ ਲੈ ਕੇ ਇਹ ਝੂਠ ਤੂਫਾਨ ਵੀ ਬੋਲਦੇ ਰਹੇ ਨੇ, ਨਹੀਂ ਤਾਂ ਫਿਰ ਪ੍ਰੂਫ ਦਿੰਦੇ। ਪੰਜਾਬ ਦੇ ਵਿੱਚ ਜਦੋਂ ਪਹਿਲੀ ਵਾਰ ਰੌਲਾ ਪਿਆ ਜੀ ਤੇ ਸੀਤਨ ਰਾਜ ਨੇ ਕਿਹਾ ਕਿ ਸਾਨੂੰ ਕਿਹਾ ਤੁਸੀਂ ਚੁੱਪ ਬੈਠੋ ਹਰਪਾਲ ਚੀਮਾ ਬੋਲਣਗੇ, ਤੇ ਮੈਂ ਉਦੋਂ ਕਿਹਾ ਸੀ ਵੀ ਕਈ ਵਾਰੀ ਕੀ ਹੁੰਦਾ, ਵੱਟਾ ਜਿਹਾ ਮਾਰੋ ਤੇ ਉਸ ਤੋਂ ਬਾਅਦ ਕਹਿ ਦਿਓ। ਕੇਜਰੀਵਾਲ ਸਾਹਿਬ ਨੇ ਵੀ ਉੱਥੇ ਕਈ ਵਾਰੀ ਕਿਹਾ, ਔਰ ਜਦੋਂ ਅਸੈਂਬਲੀ ਦੇ ਵਿੱਚ ਇਹ ਕਿਹਾ ਸੀ ਉਦੋਂ ਵੀ ਆਪਰੇਸ਼ਨ ਨੋਟਿਸ ਤੇ ਗੱਲ ਹੋਈ ਸੀ, ਜਦੋਂ ਚੌਥੀ ਪਾਸ ਰਾਜ ਆ ਜਿਹੜਾ ਸਭ ਤੋਂ ਜ਼ਿਆਦਾ ਚੁਭਿਆ ਹੈ ਮੋਦੀ ਸਾਹਿਬ ਨੂੰ, ਉਹ ਗੱਲ ਉੱਥੇ ਉਹਨਾਂ ਨੇ ਕਹਾਣੀ ਸੁਣਾਈ ਸੀ। ਖੈਰ ਹੁਣ ਇੱਕ ਖਬਰ ਹੋਰ ਬਣਦੀ ਹੈ ਇਹਨਾਂ ਦੀ, ਇਹ ਚਿੱਠੀਆਂ ਲਿਖਣ ਦਾ ਵੀ ਕੰਮ ਸ਼ੁਰੂ, ਚਿੱਠੀਆਂ ਜਿੰਨੀਆਂ ਮਰਜ਼ੀ ਲਿਖ ਲਓ ਜੇਲ੍ਹ ਚੋਂ। ਹੁਣ ਚਿੱਠੀ ਲਿਖੀ ਹੈ ਮਨੀਸ਼ ਸਿਸੋਦੀਆ ਨੇ, ਕਹਿੰਦੇ ਕੋਈ ਗੱਲ ਨਹੀਂ ਆਪਦੇ ਇਲਾਕੇ ਦੇ ਆਪਦੇ ਹਲਕੇ ਦੇ ਲੋਕਾਂ ਨੂੰ ਲਿਖੀ, ਜਲਦੀ ਬਾਹਰ ਆਵਾਂਗੇ ਤੇ ਆਪਾਂ ਜਿਵੇਂ ਲੋਕਾਂ ਨੇ ਸਾਹਮਣੇ ਆਜ਼ਾਦੀ ਦੀ ਲੜਾਈ ਲੜੀ ਹੈ ਅਸੀਂ ਵੀ ਲੜ ਰਹੇ ਹਾਂ, ਅਸੀਂ ਵੀ ਚੰਗੀ ਸਿੱਖਿਆ ਦੇਵਾਂਗੇ, ਸਕੂਲਾਂ ਲਈ ਲੜ ਰਹੇ ਹਾਂ, ਚੰਗੀ ਸਿੱਖਿਆ ਲਈ, ਸਿਹਤ ਲਈ ਲੜ ਰਹੇ ਹਾਂ, ਇਸ ਤਰ੍ਹਾਂ ਦੀ ਗੱਲ ਕੀਤੀ ਹੈ। ਭਾਵੁਕਤਾ ਜੀ ਦੀ ਗੱਲ ਕੀਤੀ ਹੈ ਕਿ ਸਾਨੂੰ ਉਸ ਤਰ੍ਹਾਂ ਜਿਹੜੀ ਆਪਣੇ ਆਪ ਨੂੰ ਹੁਣ ਆਜ਼ਾਦੀ ਘੁਲਾਟੀਆਂ ਨਾਲ ਮਿਲਾ ਰਹੇ ਨੇ, ਬਿਲਕੁਲ ਉਸ ਤਰ੍ਹਾਂ ਜਦੋਂ ਉਹਦੀ ਫੋਟੋ ਲੱਗੀ ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ ਤੇ ਅੰਬੇਦਕਰ ਸਾਹਿਬ ਦੀ, ਵਿਚਾਲੇ ਕੇਜਰੀਵਾਲ ਦੀ, ਆ ਹੁਣ ਭਾਣਜੇ ਨੇ ਜਿਹੜੇ ਭਗਤ ਸਿੰਘ ਦੇ ਉਹਨਾਂ ਨੇ ਵੀ ਬਿਆਨ ਦਿੱਤਾ, ਕਹਿੰਦੇ ਭਾਈ ਫੋਟੋਆਂ ਤਾਂ ਲਾਈ ਜਾਂਦੇ ਹੋ, ਅਸ ਲੋਕਾਂ ਨੇ ਤੇ ਪੁੱਛਣਾ ਤੁਸੀਂ ਉਹਨਾਂ ਦੇ ਲਈ ਕਰ ਕੀ ਰਹੇ ਹੋ, ਜੋ ਜੋ ਉਹਨਾਂ ਨੇ ਕਿਹਾ ਉਹਨੂੰ ਅੱਗੇ ਕੀ ਲੈ ਕੇ ਜਾ ਰਹੇ ਹੋ। ਸੋ ਇਹ ਉਸ ਤਰ੍ਹਾਂ ਦੀ ਗੱਲ ਹੈ ਕਿ ਲਗਾਤਾਰ ਲੋਕਾਂ ਚ ਰਹੀ ਹੈ ਸੀ, ਇਹ ਖੈਰ ਰਣਨੀਤੀ ਹੈ, ਸਟ੍ਰੈਟਜੀ ਹੈ, ਇਹ ਚੱਲ ਰਹੀ ਹੈ। ਇੱਕ ਖਬਰ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇਸ ਕਰਕੇ ਅਹਿਮ ਹੈ ਕਿ ਜਿਹੜਾ ਮਸੀਹ ਹੈ, ਨਿਲ ਮਸੀਹ, ਦੇਖੋ ਇਹ ਤਾਂ ਪਹਿਲੇ ਕਹਿ ਰਹੇ ਸੀ, ਵਾਰ ਵਾਰ ਤੁਹਾਨੂੰ ਕਹਿੰਦੇ ਸੀ ਵੀ ਇੱਕ ਵੱਡਾ ਧੋਖਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਚੰਡੀਗੜ੍ਹ ਦੀ ਭਾਜਪਾ ਨੇ ਕੀਤਾ, ਭਾਜਪਾ ਨੇ ਕੀਤਾ, ਜੇ ਜੇ ਪੀ ਨੱਡਾ ਉਹਨਾਂ ਨੂੰ ਜਦੋਂ ਇਹਨਾਂ ਨੇ ਆਪਦਾ ਮੇਅਰ ਬਣਾ ਲਿਆ ਸੀ ਧੱਕੇ ਨਾਲ, ਜਾਂ ਜਿਹੜੀ ਕਿਰਨ ਖੇਰ ਨੇ ਜਿਵੇਂ ਬਿਠਾਇਆ ਸੀ, ਇਹਦਾ ਮਤਲਬ ਭਾਜਪਾ ਸਾਰੀ ਜ਼ਿੰਮੇਵਾਰ ਹੈ। ਤੇ ਜਿਸ ਤਰੀਕੇ ਨਾਲ ਬਿਠਾਇਆ ਸੀ, ਤੁਸੀਂ ਇਹਦੀ ਫੋਟੋ ਚ ਦੇਖ ਸਕਦੇ ਹੋ, ਸਟ੍ਰੀਟ ਦੇ ਕੈਮਰੇ ਵੱਲ ਦੇਖ ਰਿਹਾ, ਤੇ ਜਦੋਂ ਅੰਦਰੋਂ ਪਾਪ ਹੋਵੇ ਤੇ ਮੂੰਹ ਤੇ ਪੜਿਆ ਜਾਂਦਾ, ਤੇ ਤੁਸੀਂ ਦੇਖ ਸਕਦੇ ਹੋ। ਇਹੀ ਪੜੀ ਸੀ ਗੱਲ ਜਿਹੜੀ ਜਸਟਿਸ ਡੀ ਵਾਈ ਚੰਦਰਚੂੜ ਨੇ, ਕਿ ਤੂੰ ਕਰ ਕੀ ਰਿਹਾ ਸੀ, ਸਭ ਕੁਛ ਦੇਖ ਲਿਆ, ਤੇ ਉਦੋਂ ਇਹ ਮੁੱਕਰ ਗਿਆ ਸੀ, ਕਹਿੰਦਾ ਮੈਂ ਨੀ ਕੀਤਾ, ਪਹਿਲੇ ਹੀ ਜਿਹੜੀਆਂ ਇਨਵੈਲਿਡ ਸੀ ਵੋਟਰ ਜਿਹੜੀਆਂ ਇਹ ਤੇ ਪਰਚੀਆਂ ਤੇ ਕਾਟੇ ਮੈਂ ਨੀ ਲਾਏ, ਤੇ ਹੁਣ ਮੰਨ ਗਿਆ। ਹੁਣ ਜਾ ਕੇ ਇਹਦੇ ਵਕੀਲ ਕਹਿੰਦਾ ਜੀ ਉਦੋਂ ਡਿਪਰੈਸ਼ਨ ਸੀ, ਉਹ ਹਲਪਣਾਵਾ ਜਿਹਦੇ ਚ ਕਿਹਾ ਸੀ ਵੀ ਅਸੀਂ ਕੁਛ ਨੀ ਕੀਤਾ, ਉਹ ਵਾਪਸ ਲੈਂਦੇ ਆ ਸੀ, ਤੇ ਬਿਨਾਂ ਸ਼ਰਤ ਸਾਨੂੰ ਮਾਫ਼ੀ ਦਿਓ, ਜਿਹੜੀਆਂ ਨੇ ਕੋਰਟ ਤੋਂ, ਕਿਉਂਕਿ ਕੋਰਟ ਨੇ ਕਹਿਤਾ ਸੀ ਕਿ ਤੇਰੇ ਤੋਂ ਜਿਹੜਾ ਹੈ ਕੇਸ ਚਲਾਵਾਂਗੇ, ਤੇ ਤੋਂ ਮਾਫ਼ੀ ਮੰਗਾ ਜਿਹੜੀ ਹੈ, ਤੇਰੇ ਸਜ਼ਾ ਹੋਣ ਦਾ ਭਾਗੀਦਾਰਾਂ ਤੋਂ, ਇਹ ਉਹਨੇ ਕਿਹਾ ਸੀ, ਤੋ ਇਸ ਕਰਕੇ ਹੁਣ ਮਾਫ਼ੀ ਮੰਗ ਲਈ ਇਹਨੇ। ਚਲ ਅਗਲੀ ਖਬਰ ਦੇਖੀਏ ਆਪਾਂ, ਉਹ ਆਉਂਦੀ ਹੈ ਹੈਦਰਾਬਾਦ ਦੀ। ਹੈਦਰਾਬਾਦ ਦੇ ਚੇਨਈ ਨੂੰ IPL ਦੀ ਖਬਰ ਹੈ ਜੀ, ਤੇ ਜਿਹੜੀ ਹੈ ਹੈਦਰਾਬਾਦ ਤੇ ਚੇਨਈ ਦਾ ਕੱਲ੍ਹ ਮੈਚ ਸੀ, ਔਰ 6 ਵਿਕਟਾਂ ਨਾਲ ਉਹਨੇ ਹਰਾਇਆ, ਇਸ ਤਰ੍ਹਾਂ ਦੀਆਂ ਗੱਲਾਂ। ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਕ੍ਰਾਈਮ ਬੜਾ ਅਜੀਬ ਕਿਸਮ ਦਾ ਚੱਲਦਾ, ਆਹ ਹੁਣ ਪਤੀ ਪਤਨੀ, ਕਈ ਵਾਰੀ ਤਾਂ ਪਤੀ ਪਤਨੀ ਚੰਗੇ ਕੰਮ ਵੀ ਕਰਦੇ ਨੇ। ਬਟਾਲੇ ਦੀ ਖਬਰ ਹੈ ਇੱਕ ਕਿ 30 ਲੱਖ ਦੀ ਜਾਅਲੀ ਕਰੰਸੀ ਫੜੀ ਗਈ, ਉਹਨਾਂ ਕੋਲ ਆਪ ਹੀ ਬਣਾਉਂਦੇ ਸੀ ਕਰੰਸੀ, ਨੋਟ ਛਾਪਣ ਦੀ ਮਸ਼ੀਨ ਸਮੱਗਰੀ ਸਾਰੀ ਸੀ ਉਹਨਾਂ ਕੋਲ। ਦੇਖੋ ਤੁਸੀਂ ਫਿਰ ਲੋੜ ਹੀ ਨਹੀਂ, ਜਿੰਨਾ ਮਰਜ਼ੀ ਤੁਸੀਂ ਬਣਾਓ ਤੇ ਖਰਚੋ, ਇਸ ਕਿਸਮ ਦੀ ਗੱਲ ਜਿਹੜੀ ਹੁੰਦੀ ਹੈ। ਆ ਇੱਕ ਖਬਰ ਹੋਰ ਵੀ ਤੁਹਾਨੂੰ ਦੱਸਦੀ ਹੈ ਕਿ ਹੁਣ ਕੇਂਦਰ ਜਿਹੜਾ ਹੈ ਉਹ ਪੰਜਾਬ ਦੇ ਨਾਲੋਂ ਹੋਰ ਸਟੇਟਾਂ ਨੂੰ ਵੀ ਤਰਜੀਹ ਦੇ ਰਿਹਾ ਕਣ ਖਰੀਦਣ ਦੇ ਵਿੱਚ, 3 ਸਟੇਟਾਂ ਤੋਂ UP, ਰਾਜਸਥਾਨ ਤੇ ਬਿਹਾਰ। ਇਹਦੇ ਚੋਂ ਪਿਛਲੇ ਨਾਲ ਜਦੋਂ ਉਹਨੇ ਕਣਕ 7 ਗੁਣਾ, ਥੋੜੀ ਬਹੁਤੀ ਨਹੀਂ, 7 ਗੁਣਾ ਯਾਨੀ ਕਣਕ ਖਰੀਦ ਕੇ ਉਹਨਾਂ ਤੋਂ ਖਰੀਦ ਰਿਹਾ 3 ਸਟੇਟਾਂ ਤੋਂ, ਯਾਨੀ 50 ਲੱਖ ਟਨ ਦੀ ਖਰੀਦ ਉੱਧਰੋਂ ਕਰਨੀ ਹੈ, ਕਿਉਂਕਿ ਸਭ ਤੋਂ ਜ਼ਿਆਦਾ ਵੈਸੇ 132 ਲੱਖ ਟਨ ਦਾ ਟੀਚਾ, ਔਰ ਪੈਦਾ ਤਾਂ ਹੋਣੀ ਹੈ ਜਿਹੜੀ 160 ਲੱਖ ਟਨ। ਇੱਕ ਖਬਰ ਹੋਰ ਹਰਿਆਣਾ ਦੀ, ਦੁਲਹਨ ਜਿਹੜੀ ਹੈ, ਜਿਹੜੀ ਲਾੜੀ ਹੈ,
ਉਹਨੇ ਵਿਆਹ ਕਰਾ ਲਿਆ, ਲਵ ਮੈਰਿਜ ਕਰਾਈ। ਲਵ ਮੈਰਿਜ ਦੇ ਨਤੀਜੇ ਕੋਈ ਜ਼ਿਆਦਾ ਚੰਗੇ ਨਹੀਂ ਨਿਕਲ ਰਹੇ। ਆਪਾਂ ਦੇਖੀਏ ਪਹਿਲੀ ਖਬਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਕੁਛ ਹੋਇਆ ਬਲਟੋਹਾ ਦੇ ਵਿੱਚ, ਇਹ ਵੀ ਮਾੜੀ ਖਬਰ ਹੈ। ਇਹ ਫਰੀਦਾਬਾਦ ਦੀ ਹੈ, ਇਹ ਚ ਲਵ ਮੈਰਿਜ ਕਰਾ ਲਈ ਤੇ ਉਹਦੇ ਚ ਮੈਂ ਕਿਹਾ ਵੀ ਕਿਤੇ ਐ ਨਾ ਹੋਵੇ ਸਰਟੀਫਿਕੇਟ। ਮੈਂ ਸਰਟੀਫਿਕੇਟ ਵੀ ਦੇਖਿਆ ਇੱਕ ਅਖਬਾਰ ਛਪਿਆ, ਦੋਨਾਂ ਨੇ 15 ਦਿਨ ਪਹਿਲਾਂ ਲਵ ਮੈਰਿਜ ਕਰਾਈ। ਉਦੋਂ ਬਾਅਦ 15 ਦਿਨ ਬਾਅਦ ਹੀ ਲੜਾਈ ਸ਼ੁਰੂ ਹੋ ਗਈ। ਲੜਾਈ ਇੰਨੀ ਸ਼ੁਰੂ ਕਿ ਬੰਦਾ ਛੱਡ ਕੇ ਚਲਿਆ ਗਿਆ ਔਰ ਕੁੜੀ ਜਿਹੜੀ ਹੈ ਉਸਨੇ ਜਿਹੜਾ ਦੂਸਰੀ ਮੰਜ਼ਿਲ ਤੋਂ ਛਾਲ ਮਾਰੀ। ਮਤਲਬ ਹਾਲ ਇਹ ਹੈ ਕਿ ਕਿਰਾਏ ਦੇ ਮਕਾਨ ਚ ਰਹਿ ਰਹੀ ਸੀ, ਬੰਦਾ ਆਇਆ ਨੀ, ਉਹਨੇ ਛਾਲ ਮਾਰੀ, ਰੌਲਾ ਕੀ ਪਿਆ ਹੁਣ ਪਤਾ ਲੱਗਦਾ। ਉਹ ਤਾਂ ਕਹਿੰਦੇ ਵੀ ਦੇਖੋ ਇਹਨਾਂ ਨੇ, ਉਹ ਕਹਿੰਦੀ ਧੋਖਾ ਦਿੱਤਾ ਤਾਂ ਮਾਰੀ, ਪਰ ਹੁਣ ਕੁੜੀ ਦੇ ਘਰ ਵਾਲੇ ਅੱਗੇ ਆ ਗਏ ਕਿ ਜੀ ਉਹ ਦਾਜ ਮੰਗਦੇ ਸੀ। ਮਤਲਬ ਇਹ ਤਾਂ ਨੀ ਪਤਾ ਜੇ ਐਡੀ ਗੱਲ ਸੀ ਫਿਰ ਉਹਨਾਂ ਨੂੰ, ਜਿਹੜਾ ਕੁੜੀ ਦਾ ਭਰਾ ਕਹਿ ਰਿਹਾ ਵੀ ਦਾਜ ਦੇ, ਫਿਰ ਤੁਸੀਂ ਵਿਆਹ ਹੀ ਕਰ ਦਿੰਦੇ ਜੇ ਇੰਨਾ ਗੱਲ ਸੀ, ਭੱਜ ਕੇ ਉਹਨਾਂ ਨੂੰ ਵਿਆਹ ਕਰਾਉਣ ਦੀ ਕੀ ਲੋੜ ਸੀ। ਖੈਰ ਇੱਕ ਅਗਲੀ ਖਬਰ ਹੋਰ ਲਈਏ ਆਪਾਂ, ਜਿਹੜੇ 1984 ਦੇ ਕਤਲੇਆਮ ਹੋਇਆ ਸੀ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਉਹਨੂੰ ਜਿਹੜਾ ਹੈ ਸਿੱਖ ਵਿਰਾਸਤੀ ਮਹੀਨੇ ਦੇ ਤੌਰ ਤੇ ਮਨਾਇਆ ਜਾਊਗਾ। ਇਹ ਗੱਲ ਇੱਕ ਬ੍ਰੈਂਪਟਨ ਦੀ ਲੇਖਕ ਹੈ, ਕਾਫੀ ਮਸ਼ਹੂਰ ਹੋ ਗਈ ਉਹ, ਰੂਪੀ ਕੌਰ, ਕੋਈ ਜ਼ਿਆਦਾ ਵੀ ਨਹੀਂ, ਉਮਰ ਵੀ ਕੋਈ ਰੱਖਣਾ 40 ਸਾਲ ਦੀ ਹੈ ਹਲੇ, ਲੇਕਿਨ ਵਾਹਵਾ ਹੁਣ ਮਸ਼ਹੂਰ ਹੋ ਗਈ। ਉਹਦੀਆਂ ਕਿਤਾਬਾਂ ਬਹੁਤ ਵਿਕ ਰਹੀਆਂ ਨੇ, ਥੀਏਟਰ ਨਾਲ ਜਿਹੜੀ ਹੈ ਜੁੜੀ ਹੋਈ ਹੈ, ਔਰ ਦੀ ਰੋਜ਼ ਥੀਏਟਰ ਉਹ ਬ੍ਰੈਂਪਟਨ ਦੇ ਵਿੱਚ ਇਹ ਇਸ ਗੱਲ ਤੇ ਲੈ ਕੇ ਆਊਗੀ। ਔਰ ਉਹ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਕੁਛ ਹੋਇਆ ਉਹਨੂੰ ਯਾਦ ਕੀਤਾ ਜਾਊਗਾ। ਇਸ ਕਿਸਮ ਦੀ ਜਿਹੜੀ ਹੈ ਰੂਪੀ ਸਿੰਘ ਨੇ ਇੱਕ ਬਣਾਈ ਹੈ, ਜਦੋਂ ਜੂਨ ਮਹੀਨਾ ਆਉਣਾ। ਖੈਰ ਇੱਕ ਖਬਰ ਹੋਰ ਵੀ ਲੈ ਲਈਏ, ਪਿਛਲੇ ਮੈਂ ਚਾਹੁੰਦਾ ਸੀ ਪਿਛਲੇ ਹਿੱਸੇ 'ਚ ਤੁਹਾਡਾ ਗੱਲ ਕਰਾਂ, ਪਰ ਉਹ ਤੋਂ ਰਹਿ ਗਈ ਸੀ। ਉਹ ਹੈ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਦੀ, ਨੂੰਹ ਨੇ ਦਿੱਤਾ ਅਸਤੀਫਾ। IAS ਬਣਾਈ ਗਈ ਸੀ ਜਦੋਂ ਇਹ ਮਨਿਸਟਰ ਸੀ, ਜਿਹੜੇ ਨਾ ਨੋਮੀਨੇਟ IAS ਇੱਕ ਤਾਂ UPSC ਕਲੀਅਰ ਕਰਕੇ ਹੁੰਦੇ ਨੇ, ਜਿਹੜੇ UPSC ਕਲੀਅਰ ਨਹੀਂ ਕਰਦੇ ਫਿਰ ਉਹਨਾਂ ਨੂੰ ਕਿਸੇ ਨੂੰ ਕਲਰਕ ਕੋਈ BDO ਕੋਈ, ਇਹ ਸਾਰੇ ਹੌਲੀ ਹੌਲੀ ਉੱਪਰ ਜਾ ਕੇ ਨੋਮੀਨੇਟ ਹੁੰਦੇ ਰਹਿੰਦੇ ਨੇ, ਪਹਿਲਾਂ PCS ਫਿਰ ਉਸ ਤੋਂ ਬਾਅਦ IAS। ਇਹ IAS ਨੋਮੀਨੇਟ ਹੋ ਗਈ ਸੀ, ਇਹਨੇ ਅਕਤੂਬਰ 'ਚ ਰਿਟਾਇਰ ਹੋਣਾ ਸੀ, ਇਹ ਪਰਮਪਾਰ ਸਿੱਧੂ ਦੇ। ਇਹ ਜਦੋਂ 7 ਮਹੀਨੇ ਪਹਿਲਾਂ ਲੈ ਲਓ ਅਕਤੂਬਰ ਤੋਂ ਪਹਿਲਾਂ ਇਹਨਾਂ ਨੇ ਆਪਣੇ ਆਪ ਦਾ ਅਸਤੀਫਾ ਦਿੱਤਾ, ਸਵੈਸ਼ਤ ਇਹਨੂੰ ਕਹਿ ਲਓ, ਸੇਵਾ ਮੁਕਤੀ ਕੋਈ ਵੀ ਨਾ ਦੇ ਲਓ। ਹੁਣ ਇਹ ਜਿਹੜਾ ਅਸਤੀਫਾ ਇੰਨੀ ਜਲਦੀ ਨਹੀਂ, ਮਜ਼ਦੂਰ ਇਹ ਮਰਜ਼ੀ ਹੁੰਦੀ ਹੈ CM ਦੀ, ਚੀਫ ਸੈਕਟਰ ਦਿੱਤਾ, ਫਾਈਲ CM ਕੋਲ ਜਾਂਦੀ ਹੈ, ਉਦੋਂ ਬਾਅਦ ਫਿਰ ਦਿੱਲੀ ਜਾਂਦੀ ਹੈ ਹੋਮ ਮਿਨਿਸਟਰੀ ਕੋਲ। ਇਹਦਾ ਅਸਤੀਫਾ ਹਲੇ ਚੰਡੀਗੜ੍ਹ ਤੋਂ ਨਹੀਂ ਕਲੀਅਰ ਹੋਇਆ, ਤੇ ਹੁਣ ਕੀ ਸੋਚਦੇ ਨੇ, ਕਿਉਂਕਿ ਅਡੀਕ ਕੀ ਹੈ ਫਿਰ? ਅਡੀਕ ਇਹ ਹੈ ਕਿ ਇਹ ਆਪਣਾ ਅਸਤੀਫੇ ਤੇ ਇਹਦਾ ਫੈਸਲਾ ਹੋਵੇ। ਕਿਹਾ ਇਹ ਜਾਂਦਾ ਹੈ ਕਿ ਉਦੋਂ ਬਾਅਦ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਸ਼ਨ ਲੜਨੀ ਹੈ। ਬਸ ਕਮਾਲ ਦੀ ਗੱਲ ਹੈ, ਇਹ ਸਾਰਾ ਕੇਸ ਰੌਲਾ ਪੈਂਦੇ ਨੂੰ ਇੰਨੇ ਦਿਨ ਹੋਏ, ਕੋਈ ਬਿਆਨ ਨਹੀਂ ਮਲੂਕਾ ਸਾਹਿਬ ਵੱਲੋਂ, ਕੋਈ ਕੰਟਰਾਡਿਕਸ਼ਨ ਨਹੀਂ ਕਿ ਨਹੀਂ ਜੀ ਅਸੀਂ ਜਾ ਰਹੇ ਹਾਂ, ਅਸੀਂ ਨਹੀਂ ਜਾ ਰਹੇ। ਤੇ ਜੇ ਅਸਤੀਫਾ ਦਿੱਤਾ ਹੈ ਤੇ ਫਿਰ ਮੇਰਾ ਤਾਂ ਖਿਆਲ ਹੈ ਕੁਛ ਨਾ ਕੁਛ ਤਾਂ ਹੈ ਨਾ, ਕਿ ਉਹ ਜਿਹੜਾ ਫਿਰ ਬਠਿੰਡਾ ਆਪਣੇ ਆਪ ਚ ਬਹੁਤ ਕਮਾਲ ਦੀ ਟੱਕਰ ਹੋਊਗੀ, ਜੇ ਹਰਸਿਮਰਤ ਕੌਰ ਵੀ ਉੱਥੇ, ਇਹ ਵੀ ਉੱਥੇ, ਫਿਰ ਤਾਂ ਟੱਕਰ ਜਿਹੜੀ ਆ, ਹੁਣ ਤਾਂ ਹੋਰ ਵੀ ਬੰਦੇ ਆ ਗਏ, ਹੁਣ ਤਾਂ ਬਲਕੌਰ ਸਿੰਘ ਸਿੱਧੂ ਕਹਿੰਦਾ ਮੈਂ ਵੀ ਆ ਜਾਊਂਗਾ, ਹਾਲਾਂਕਿ ਮੈਨੂੰ ਨੀ ਲੱਗਦਾ ਕਿ ਬਲਕੌਰ ਸਿੰਘ ਸਿੱਧੂ ਦੇ ਆਉਣ ਨਾਲ ਕੋਈ ਬਹੁਤ, ਹਾਂ ਜੇ ਕਾਂਗਰਸ ਨੇ ਟਿਕਟ ਖਰਾਬ ਕਰਨੀ ਹੋਈ ਦੇ ਦੇਣਗੇ ਉਹਨੂੰ, ਤੇ ਕਿਉਂਕਿ ਅੱਗੇ ਵੀ ਉਦੋਂ ਤਾਂ ਮੁੰਡਾ ਜਿਉਂਦਾ ਸੀ, ਉਦੋਂ ਕਿੰਨੀਆਂ ਕੁ ਵੋਟਾਂ ਲੈ ਗਿਆ ਉਹ। ਸਿੱਧੂ ਮੂਸੇਵਾਲਾ ਗਾਉਣਾ ਆਉਣਾ ਹੋਰ ਹੁੰਦਾ, ਲੋਕਾਂ ਦੀ ਉੱਥੇ ਬਹੁਤ ਅਵੇਅਰ ਨੇ ਲੋਕ, ਲੋਕਾਂ ਨੂੰ ਅਵੇਅਰ ਹੋਣਾ ਵੀ ਚਾਹੀਦਾ। ਇਹ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਨਾ, ਇਹ ਤਾਂ ਖੈਰ ਸੈਲੀਬ੍ਰਿਟੀ ਦਾ ਪਿਓ ਹੈ ਬਲਕੌਰ ਸਿੰਘ ਸਿੱਧੂ, ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਇਹਨਾਂ ਦੀ ਮਾੜੀ ਮੋਟੀ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਨੌਲੇਜ ਵੀ ਤਾਂ ਟੈਸਟ ਕਰ ਲੈਣੀ ਚਾਹੀਦੀ ਹੈ। ਆਹ ਜਿਹੜੀ ਬੀਬੀ ਕਵਨਾ ਨਰਾਉਤ ਹੈ, ਇਹਦੇ ਆ ਤੁਸੀਂ ਵੀਡੀਓ ਦੇਖ ਲਓ, ਪਰਸੋਂ ਕਿਸੇ ਇੰਟਰਵਿਊ ਦੇ ਰਹੀ ਹੈ, ਜਿਹਨੂੰ ਇਹ ਨਹੀਂ ਪਤਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਹੈ। ਮਤਲਬ ਉਹ ਕਹਿ ਰਹੀ ਹੈ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ, ਜਿਹੜੀ
ਬੇਸਿਕ ਗੱਲਾਂ ਵੀ ਨਹੀਂ ਜਿਹੜੀਆਂ ਪਾਰਟੀਆਂ ਦੇਖਦੀਆਂ ਟਿਕਟ ਦੇਣ ਤੋਂ ਪਹਿਲਾਂ, ਨਾਲੇ ਉਹਨਾਂ ਨੂੰ ਤਾਂ ਕੀ, ਉਹਨਾਂ ਦੇ ਇੱਕ ਵੋਟ ਚਾਹੀਦੇ, ਜਿਵੇਂ ਲੋਕਾਂ ਨੂੰ ਵੀ ਵੋਟ ਸਮਝਦੇ ਨੇ ਇਹ, ਉਵੇਂ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਬਣਨਾ ਉਹ ਆਪਣੇ ਐਮ ਪੀਆਂ ਨੂੰ ਵੀ ਇੱਕ ਵੋਟ ਹੀ ਸਮਝਦਾ। ਉਹਨਾਂ ਦਾ ਅਕਲ ਕਿੰਨੀ ਕੁ ਹੈ, ਉਹਨਾਂ ਦੀ ਬੁੱਧੀ ਕਿੰਨੀ ਕੁ ਹੈ, ਵਿਜ਼ਡਮ ਕਿੰਨੀ ਕੁ ਹੈ, ਕੁਛ ਨਹੀਂ ਦੇਖਿਆ ਜਾਂਦਾ। ਤੋ ਇਹ ਇਸ ਤਰ੍ਹਾਂ ਦੇ ਲੋਕ ਤੁਸੀਂ ਤਾਂ ਦੇਖੋ ਨਾ, ਲੋਕ ਤਾਂ ਦੇਖਦੇ, ਚੰਗੀ ਗੱਲ ਆ ਕਿ ਲੋਕ ਹੁਣ ਦੇਖਣ ਲੱਗੇ ਨੇ। ਵੈਸੇ ਮੈਂ ਨਵਜੋਤ ਕੌਰ ਸਿੱਧੂ ਦਾ ਆਪਰੇਸ਼ਨ ਹੋ ਗਿਆ ਤੇ ਸਫਲ ਰਿਹਾ ਆਪਰੇਸ਼ਨ, ਆਪ ਦੱਸਿਆ ਨਵਜੀਤ ਸਿੰਘ, ਅਸੀਂ ਵੀ ਸ਼ੁਭ ਸ਼ਾਮਾਂ ਦਿੰਦੇ ਹਾਂ। ਫਿਰ ਦਰਸ਼ਕੋ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਮਿਲਦੇ ਹਾਂ ਖਬਰ ਤੇ ਨਜ਼ਰ ਰਜਿੰਦਰ ਵਾਲੀ ਸ਼ੋਅ ਚ 8:40 ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ।